ਕੋਰਟ ਦੀ ਜਜਮੈਂਟ ਸਿਆਸਤ ਤੋਂ ਪ੍ਰੇਰਿਤ ਤਾਂ ਨਹੀਂ? ਬਿਲਕੁਲ ਵੀ ਨਹੀਂ। ਕੀ ਪੋਲੀਟੀਕਲ ਬੈਕਿੰਗ ਹੈਗੀ ਹੈ ਇਹਨਾਂ ਪੁਲਿਸ ਵਾਲਿਆਂ ਦੇ ਪਿੱਛੇ? ਉਮੇਦ ਸੈਣੀ, ਪਰਮਰਾਜ ਉਮਰਾ ਨੰਗਲ, ਇਹਨਾਂ ਦਾ ਰੋਲ ਤਾਂ ਬੜਾ ਕਲੀਅਰ ਹਾਈਲਾਈਟ ਹੋ ਰਿਹਾ। ਉਮੇਦ ਸੈਣੀ ਦਾ ਇੰਨਾ ਖੌਫ ਹੈ ਸਰ, ਦਹਿਸ਼ਤ ਦੇ ਮਾਹੌਲ ਨੂੰ ਕ੍ਰੀਏਟ ਕਰਕੇ ਉਹਨੇ ਸਰਵਾਈਵ ਕੀਤਾ ਹੈ। ਜਿਹੜੀ ਸਿਆਸਤ ਇਹ ਕਹਿੰਦੀ ਹੈ ਕਿ ਬਾਦਲਾਂ ਦਾ ਚਲਾਨ ਦੇ ਵਿੱਚ ਨਾਮ ਆਊਗਾ, ਉਹ ਸਰ ਫਰਜ਼ੀ ਦਾਅਵੇ ਆ ਫਿਰ? ਨਾ ਕਦੇ ਉਹਨਾਂ ਦਾ ਆਇਆ ਹੀ ਨਹੀਂ ਚਲਾਨ ਦੇ ਵਿੱਚ। ਜੇ ਸੈਣੀ ਇਸ ਇਹਨਾਂ ਮਾਮਲਿਆਂ ਦੇ ਵਿੱਚ ਫਸਦਾ, ਇਹਦਾ ਮਤਲਬ ਸੈਣੀ ਨੂੰ ਹੁਕਮ ਦੇਣ ਵਾਲਾ ਹੀ ਫਸਣਗੇ? AK-47 ਦੀ ਆਥੋਰਾਈਜੇਸ਼ਨ ਕਿਹਨੇ ਦਿੱਤੀ? ਮਨੁੱਖੀ ਅਧਿਕਾਰਾਂ ਦਾ ਘਾਣ ਕਿਉਂ ਕਰਦੀ ਹੈ ਪੰਜਾਬ ਪੁਲਿਸ? ਤਾਂ ਹੀ ਤਾਂ ਮੈਂ ਇਹਨਾਂ ਨੂੰ ਯੂਨੀਫਾਰਮਡ ਕ੍ਰਿਮੀਨਲ ਕਹਿੰਦਾ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ 'ਤੇ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਕੱਲ੍ਹ ਪੁਲਿਸ ਦੇ ਰੋਲ ਦੇ ਬਾਰੇ ਬੜੀ ਚਰਚਾ ਹੋ ਰਹੀ ਹੈ। ਪੁਲਿਸ ਕਿਹੜੀ ਪ੍ਰੋਫੈਸ਼ਨਲ ਹੈ, ਕਿੰਨੀ ਪ੍ਰੋਫੈਸ਼ਨਲ ਹੈ? ਜਦੋਂ ਪੰਜਾਬ ਪੁਲਿਸ ਦਾ ਜ਼ਿਕਰ ਹੁੰਦਾ ਤਾਂ ਹੋਰ ਤਰ੍ਹਾਂ ਦੇ ਸਵਾਲ ਉੱਠਦੇ ਆ। ਖਾਕੀ ਦਾਗਦਾਰ ਕਿਉਂ ਹੁੰਦੀ ਜਾ ਰਹੀ ਹੈ? ਬਹੁਤ ਸਾਰੇ ਸਵਾਲ ਇਹੋ ਜਿਹੇ ਉੱਠਦੇ ਆ ਅਤੇ ਜਦੋਂ ਇਹ ਸਵਾਲ ਬਹਿਬਲ ਕਲਾਂ ਗੋਲੀਕਾਂਡ ਅਤੇ ਕੋਟਪੁਰਾ ਗੋਲੀਕਾਂਡ ਨਾਲ ਜੁੜਦੇ ਆ ਅਤੇ ਬੇਅਦਬੀ ਕਾਂਡ ਨਾਲ ਜੁੜਦੇ ਆ, ਇਹ ਸਵਾਲ ਹੋਰ ਮਹੱਤਵਪੂਰਨ ਹੋ ਜਾਂਦੇ ਆ। ਜਦੋਂ ਇਸ ਦੇ ਪਿੱਛੇ ਥੋੜ੍ਹਾ ਜਿਹਾ ਅਸੀਂ ਜਾਈਏ ਮੁਲਤਾਨੀ ਕੇਸ ਨਾਲ ਜੁੜਦੇ ਆ ਤਾਂ ਇਹ ਸਵਾਲ ਹੋਰ ਵੱਡੇ ਹੋ ਜਾਂਦੇ ਆ। ਜਦੋਂ ਨਜਾਇਜ਼ ਮੁੰਡਿਆਂ ਨੂੰ ਮਾਰਿਆ ਗਿਆ ਸੀਗਾ, ਉਹਨਾਂ ਦੇ ਕਤਲੋਗਾਰਤ ਕੀਤੀ ਗਈ ਸੀ, ਕਿ ਅਣਮਨੁੱਖੀ ਤਸ਼ੱਦਦ ਹੋਏ ਸੀ ਪੰਜਾਬ ਵਿੱਚ, ਉਦੋਂ ਸਵਾਲ ਹੋਰ ਵੱਡੇ ਹੋ ਜਾਂਦੇ ਆ। ਪਰ ਹੁਣ ਜਿਹੜੀ ਮਹੱਤਵਪੂਰਨ ਡਿਬੇਟ ਚੱਲ ਰਹੀ ਹੈ ਉਹ ਗੋਲੀਕਾਂਡ ਨੂੰ ਲੈ ਕੇ ਚੱਲ ਰਹੀ ਹੈ, ਉਸੇ 'ਤੇ ਸਾਰੇ ਸਵਾਲ ਹੋਣਗੇ, ਉਸੇ ਦੇ ਅਰਥ ਗਿਰਦ ਅਸੀਂ ਘੁੰਮਾਂਗੇ। ਸਵਾਲ ਮਹੱਤਵਪੂਰਨ ਇਹ ਪੁੱਛਿਆ ਜਾਵੇਗਾ, ਖਾਕੀ 'ਤੇ ਕਿਹੜੇ ਸਵਾਲ ਬਾਕੀ? ਇਸ ਸਾਰੇ ਵਿਸ਼ੇ 'ਤੇ ਚਰਚਾ ਕਰਨ ਲਈ ਸਾਡੇ ਨਾਲ ਨੌਜਵਾਨ ਵਕੀਲ ਪ੍ਰਦੀਪ ਵਿਰਕ ਮੌਜੂਦ ਨੇ, ਫਾਰਮਰ IPS ਅਫਸਰ ਨੇ ਅਤੇ ਇਹਨਾਂ ਦਾ ਆਪਦਾ ਰੁਤਬਾ ਅਤੇ ਇਹਨਾਂ ਦਾ ਪਿਤਾ ਦਾ ਵੀ ਰੁਤਬਾ ਰਿਹਾ ਅਤੇ ਉੱਥੋਂ ਇਹਨਾਂ ਨੇ ਅੱਗੇ ਵਧਿਆ ਅਤੇ ਆਪਦੇ ਪਿਤਾ ਦਾ ਕੇਸ ਲੜਦੇ ਲੜਦੇ ਇਹ ਬਹੁਤ ਅੱਗੇ ਤੱਕ ਪਹੁੰਚ ਗਿਆ ਅਤੇ DGP ਜਿਹੜਾ ਸੈਣੀ ਰਹੇ ਆ, ਹੁਣ ਫਾਰਮਰ DGP ਆ, ਉਹਨਾਂ ਨੂੰ ਇਹਨਾਂ ਨੇ ਹੱਥ ਤੱਕ ਪਾ ਲਿਆ। ਪ੍ਰਦੀਪ ਵਿਰਕ ਜੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਪ੍ਰਦੀਪ ਵਿਰਕ ਜੀ, ਸਰ ਸਵਾਲ ਇਹੀ ਹੈ ਕਿ ਕੋਟਪੁਰਾ ਗੋਲੀਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ, ਮੈਂ ਕੋਟਪੁਰਾ ਗੋਲੀਕਾਂਡ 'ਤੇ ਜਿਹੜਾ ਫੈਸਲਾ ਆਇਆ ਪਹਿਲਾਂ ਉਹਦੇ 'ਤੇ ਤੁਹਾਡਾ ਰੈਕਸ਼ਨ ਚਾਹੁੰਦਾ ਸਰ। ਸਰ ਐਡੇ ਵੱਡੇ ਵੱਡੇ ਧਾਰਾਵਾਂ ਲੱਗੀਆਂ ਸੀ, 302 ਵਰਗੀਆਂ, 307 ਵਰਗੀਆਂ, ਤੁਹਾਨੂੰ ਸਾਰਾ ਕੁਝ ਪਤਾ ਸਰ। ਉਸ ਪੂਰੇ ਮਾਮਲੇ ਦੇ ਵਿੱਚ ਇਹ ਪੁਲਿਸ ਵਾਲੇ ਅੰਦਰ ਖਾਤੇ ਮਿਲੇ ਹੋਏ ਸੀ ਜਿਹੜੇ ਜਾਂਚ ਨੂੰ ਪ੍ਰਭਾਵਿਤ ਕਰਦੇ ਰਹੇ, ਜਾਂ ਹਾਈਕੋਰਟ ਦੀ ਜਜਮੈਂਟ ਨੂੰ ਤੁਸੀਂ ਬਿਲਕੁਲ ਸਹੀ ਠਹਿਰਾ ਰਹੇ ਹੋ? ਕਿਉਂਕਿ ਹਾਈਕੋਰਟ ਦੀ ਜਜਮੈਂਟ 'ਤੇ ਕਈ ਲੋਕ ਸਵਾਲ ਚੁੱਕਦੇ ਪਏ ਆ, ਜਸਟਿਸ ਰਣਜੀਤ ਸਿੰਘ ਹਰੀ ਸਵਾਲ ਚੁੱਕਦੇ ਪਏ ਆ। ਦੇਖੋ, ਇਹਦੇ ਵਿੱਚ ਜੀ ਦੋ ਅੱਡ ਅੱਡ ਆਸਪੈਕਟਸ ਨੇ ਜਿਹੜੀਆਂ ਸਾਨੂੰ ਕੰਸਿਡਰ ਕਰਨੇ ਪੈਣੇ ਆ, ਜਿਹੜੇ ਅੱਡ ਅੱਡ ਐਂਗਲਸ। ਇੱਕ ਤਾਂ ਰਹੀ ਗੱਲ ਇਨਵੈਸਟੀਗੇਸ਼ਨ ਦੀ, ਜਦੋਂ ਇੱਕ SIT ਕੰਸਟੀਟਿਊਟ ਹੁੰਦੀ ਹੈ ਤੇ ਉਹ SIT ਨੇ ਐਜ਼ 1 ਯੂਨਿਟ ਫੰਕਸ਼ਨ ਕਰਨਾ ਹੁੰਦਾ। ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਜੇ ਇੱਕ ਮੈਂਬਰ ਨੇ ਕੋਈ ਰਿਪੋਰਟ ਤਿਆਰ ਕੀਤੀ ਹੈ ਉਹ ਸਿੱਧਾ ਫਾਈਲ ਹੁੰਦੀ ਹੈ, ਉਹ ਲੀਗਲ ਟੀਮ ਤੋਂ ਵੀ ਅਪਰੂਵ ਹੁੰਦੀ ਹੈ, ਸੀਨੀਅਰ ਆਫਿਸਰਸ ਤੋਂ ਵੀ ਅਪਰੂਵ ਹੁੰਦੀ ਹੈ। ਸੋ ਕਿਸੇ ਵੀ ਤਰ੍ਹਾਂ ਸਟੇਟ ਵੱਲੋਂ ਕਿਸੇ ਇੱਕ ਇਨਸਾਨ 'ਤੇ ਰਿਸਪੋਂਸੀਬਿਲਿਟੀ ਫਿਕਸ ਕਰਨਾ ਪੋਸੀਬਲ ਨਹੀਂ ਹੈ। ਔਰ ਖਾਸ ਕਰ ਜਦੋਂ ਇਹੋ ਜਿਹੇ ਵੱਡੇ ਕੇਸ ਹੁੰਦੇ ਹੈ ਜਿੱਥੇ ਮਤਲਬ ਸਮਝੋ ਇਲੈਕਸ਼ਨ ਦਾ ਮੁੱਦਾ ਵੀ ਰਿਹਾ ਹੋਵੇ, ਉਹ ਚੀਜ਼ ਪਬਲਿਕ ਦਾ ਤੁਸੀਂ ਫੇਥ ਵਿਨ ਕਰਨ ਦੇ ਲਈ ਇਲੈਕਸ਼ਨ ਦੇ ਵਿੱਚ ਉਹ ਮੁੱਦਾ ਰੇਜ਼ ਕੀਤਾ ਹੋਵੇ, ਉਸ ਤੋਂ ਬਾਅਦ ਤਾਂ ਇਹਨਾਂ ਕੇਸਿਸ ਨੂੰ ਸਪੈਸ਼ਲ ਇੰਪੋਰਟੈਂਸ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਇੱਕ SIT ਬਣਾ ਦਿਓ ਉਹਦੇ 'ਤੇ, ਔਰ SIT ਵੀ ਸੀਨੀਅਰ ਅਫਸਰਾਂ ਦੀ। ਸੋ ਕਿਸੇ ਵੀ ਐਂਗਲ ਤੋਂ ਜੇ ਅਸੀਂ ਕਹੀਏ ਕਿ ਜੀ ਏ ਜਣੇ ਦੀ ਗਲਤੀ ਹੈ ਇਕੱਲੇ ਦੀ ਜਾਂ ਬੀ ਦੀ ਗਲਤੀ ਹੈ, ਉਹ ਨਹੀਂ ਹੈ। ਜਦੋਂ ਫੇਲੀਅਰ ਹੈ, ਰਿਸਪੋਂਸੀਬਿਲਿਟੀ ਇਜ਼ ਕਿ ਉਹ ਗਲਤੀ ਨੂੰ ਆਪਾਂ ਮੰਨੀਏ, ਉਹਨੂੰ ਰੈਕਟੀਫਾਈ ਕਰੀਏ ਔਰ ਪਬਲਿਕ ਨੂੰ ਇਨਸਾਫ਼ ਦੇ ਦੇਈਏ। ਦੂਜੇ ਆਸਪੈਕਟ, ਜਿਹੜੀ ਕੋਰਟ ਦੀ ਜਜਮੈਂਟ ਦੇ ਵਿੱਚ ਇੱਕ ਚੰਗੀ ਚੀਜ਼ ਹੈ, ਉਹ ਹੈ ਟਾਈਮ ਬਾਉਂਡ ਇਨਵੈਸਟੀਗੇਸ਼ਨ। ਮੇਰਾ ਪਰਸਨਲ ਵਿਊ ਐਜ਼ ਅ ਲਾਇਰ, ਐਜ਼ ਅ ਫਾਰਮਰ ਪੁਲਿਸ ਆਫਿਸਰ, ਇਸ ਕੇਸ ਦੇ ਵਿੱਚ ਆਹੀ ਹੈ ਕਿ ਜਦੋਂ ਇਸ ਕੇਸ ਦੀ SIT ਬਣੀ ਸੀ, ਟਾਈਮ ਬਾਉਂਡ ਇਨਵੈਸਟੀਗੇਸ਼ਨ ਉਸੇ ਵੇਲੇ ਇਹਨਾਂ ਨੂੰ ਕੰਸਿਡਰ ਕਰਨੀ ਚਾਹੀਦੀ। ਸਰ ਇੱਕ ਮਿੰਟ ਵਿਰਕ ਸਾਹਿਬ, ਮੈਂ ਥੋੜਾ ਜਿਹਾ ਰੋਕ ਰਿਹਾ ਤੁਹਾਨੂੰ ਵਿਰਕ ਸਾਹਿਬ, ਮੇਰੇ ਕੋਲ ਸਰ ਜਜਮੈਂਟ ਦੀ ਕਾਪੀ ਪਈ ਹੋਈ ਹੈ, ਉਹ 'ਚ ਸਰ ਸ਼ਬਦ ਲਿਖਿਆ ਪ੍ਰੈਫਰੇਬਲੀ ਵਿਦ ਇਨ ਏ ਪੀਰੀਅਡ ਆਫ 6 ਮੰਥਸ। ਸਰ ਇਹਨੂੰ ਅਸੀਂ ਮੰਨ ਸਕਦੇ ਹਾਂ ਕਿ 6 ਮਹੀਨੇ ਦੇ ਵਿੱਚ ਟਾਈਮ ਬਾਉਂਡ ਹੈ, ਜਾਂ ਇਹ ਕਿਹਾ ਜਾ ਰਿਹਾ ਕਿ ਕੋਸ਼ਿਸ਼ ਕੀਤੀ ਜਾਵੇ 6 ਮਹੀਨੇ ਵਿੱਚ ਕੰਕਲੂਡ ਕੀਤਾ ਜਾਵੇ? ਮੈਂ ਉਹ ਦੱਸਦਾ ਜੀ, ਜਦੋਂ ਕੋਰਟ ਦੀ ਲੈਂਗੁਏਜ ਹੁੰਦੀ ਹੈ ਨਾ, ਦੈਟ ਇਜ਼ ਤੁਸੀਂ ਉਹਦੇ ਉੱਤੇ ਪੜੋ ਡਾਇਰੈਕਸ਼ਨਸ ਵਰਡ ਯੂਜ਼ ਹੋਇਆ ਜਿੱਥੇ ਆ ਪੁਆਇੰਟ ਆ ਰਿਹਾ ਨਾ 7, ਉਹਦੇ ਉੱਤੇ ਇੱਕ ਵਾਰੀ ਲਾਈਨ ਪੜੋ ਪਲੀਜ਼, ਲਾਸਟ ਲਾਈਨ ਓਵਰ ਦ 7 ਪੁਆਇੰਟਸ। ਜੀ ਜੀ, ਉਹਦੇ ਬੜੀ ਕਲੀਅਰਲੀ ਕੋਰਟ ਨੇ ਕਿਹਾ ਡਾਇਰੈਕਸ਼ਨਸ। ਸੋ ਕੋਰਟ ਦਾ ਡਾਇਰੈਕਸ਼ਨ ਕਰਨ ਦਾ ਮਤਲਬ ਉਹਦੀ ਲੈਂਗੁਏਜ, ਕੋਰਟ ਵੱਲੋਂ ਹਮੇਸ਼ਾ ਪੋਲਾਈਟ ਲੈਂਗੁਏਜ ਹੁੰਦੀ ਹੈ। ਸੋ ਆ ਕੋਰਟ ਵੱਲੋਂ ਇੱਕ ਪੋਲਾਈਟ ਲੈਂਗੁਏਜ ਹੈ, ਪ੍ਰੈਫਰੇਬਲੀ ਵਿਦ ਇਨ 6 ਮੰਥਸ। ਮੰਨ ਲਓ ਇੱਕ ਅੱਧਾ ਮਹੀਨਾ ਅੱਗੇ ਪਿੱਛੇ ਹੋ ਜਾਏ ਕੋਈ ਗੱਲ ਨਹੀਂ, ਪਰ 6 ਮਹੀਨੇ ਨੂੰ ਤੁਸੀਂ 2 ਸਾਲ ਨਹੀਂ ਬਣਾਓਗੇ। ਇਹਦਾ ਮਤਲਬ ਬੇਸਿਕਲੀ ਆ ਹੁੰਦਾ ਹੈ
कि जे 6 महीने कहते तो यू विल ट्राई एंड कंक्लूड प्रेफरेबली विद इन 6 मंथ्स, जे टाइम ज्यादा लग रहा है तो यू विल जनरली अप्राइज द कोर्ट, दिस इज जनरली द प्रोसीजर। ठीक ठीक है वैद्य साहब, सर इस करके जी 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 बोलो बोलो बोलो, गल पूरी करो अपनी, बोलो। ਉਹਦੇ 'ਚ ਇਹ ਗੱਲ ਹੈ ਜੀ, ਇਹਦੇ 'ਚ ਆਪਾਂ ਇਨਵੈਸਟੀਗੇਸ਼ਨ ਦੇ ਲਈ ਸਟੇਟਮੈਂਟਸ ਭਾਵੇਂ ਦੁਬਾਰਾ ਰਿਕਾਰਡ ਹੋਣੀਆਂ ਸਾਰਿਆਂ ਦੀਆਂ, ਬੇਸਿਕ ਐਵੀਡੈਂਸ ਜਿਹੜੀ ਸੀ ਉਹ ਤਾਂ ਕਲੈਕਟ ਹੋ ਚੁੱਕੀ ਹੈ ਨਾ ਜੀ। ਹੁਣ ਜੇ ਆਫੀਸਰਸ ਚਾਹੁਣ ਇੱਕ ਵੱਡੀ ਟੀਮ ਨਾਲ ਲੈ ਕੇ, 3 IPS ਆਫੀਸਰਸ ਅਪੁਆਇੰਟ ਹੋਣਗੇ, ਉਹ ਆਪਣੇ ਨਾਲ ਜਿੰਨੇ ਮਰਜ਼ੀ ਹੋਰ ਟੀਮ ਦੇ ਬੰਦੇ ਲੈ ਸਕਦੇ, ਜੂਨੀਅਰ ਆਫੀਸਰਸ ਫੋਰ ਰਿਕਾਰਡਿੰਗ ਸਟੇਟਮੈਂਟਸ ਫੋਰ ਦੀ ਇਨਵੈਸਟੀਗੇਸ਼ਨ, ਜ਼ਿਆਦਾ ਬੰਦੇ ਨਾਲ ਲਾ ਕੇ ਇਨਵੈਸਟੀਗੇਸ਼ਨ ਛੇਤੀ ਹੋ ਸਕਦੀ ਹੈ, ਕਿਉਂ ਨਹੀਂ 6 ਮਹੀਨੇ ਤਾਂ ਮੇਰੇ ਖਿਆਲ ਨਾਲ ਕੋਰਟ ਨੇ ਕਿਹਾ ਨਾ ਪ੍ਰੈਫਰੇਬਲੀ ਵਿਦ ਇਨ 6 ਮੰਥਸ, ਇਹਦਾ 2 ਮਹੀਨੇ 'ਚ ਪੂਰੀ ਹੋ ਸਕਦੀ ਹੈ। बिलकुल हो गए बिलकुल, चलान सैटिस्फाइड हो गए, और जो मैं उस गल फिर आ रहा कि जो इन्वेस्टिगेशन ऑलरेडी पेंडिंग सी, सो अज ये डायरेक्शन होना के सारी इन्वेस्टिगेशन ए टू जेड कंप्लीट करो विद इन अ लिमिटेड टाइम फ्रेम, ये बहुत वधिया चीज हुई है। ਇਹਨੂੰ ਅਸੀਂ ਨੈਗੇਟਿਵਲੀ ਨਾ ਲਈਏ, ਟਾਈਮ ਬਾਉਂਡ ਇਨਵੈਸਟੀਗੇਸ਼ਨ ਬਹੁਤ ਘੱਟ ਕੇਸਿਸ ਦੇ ਵਿੱਚ ਕੋਰਟ ਆਰਡਰ ਕਰੇ। ਚਲੋ ਮੈਂ ਨੈਗੇਟਿਵਲੀ ਨਹੀਂ ਲੈਣਾ ਸਰ, ਪੋਜ਼ਿਟਿਵਲੀ ਤੌਰ ਤੇ ਸਵਾਲ ਕਰ ਰਿਹਾ ਹਾਂ। ਵਿਰਸਾ ਪੋਜ਼ਿਟਿਵਲੀ ਸਵਾਲ ਕਰ ਰਿਹਾ ਹਾਂ, ਹਾਈ ਕੋਰਟ ਦੀ ਜਜਮੈਂਟ ਨਾਲ ਬਤੌਰ ਵਕੀਲ ਤੁਸੀਂ ਇਤਫਾਕ ਰੱਖਦੇ ਪਏ ਹੋ? ਪੂਰੀ ਤਰ੍ਹਾਂ ਨਹੀਂ, ਪੂਰੀ ਤਰ੍ਹਾਂ ਨਹੀਂ। ਜਿਹੜੀ ਕੋਰਟ ਨੇ ਫਾਈਂਡਿੰਗ ਦਿੱਤੀ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਚੀਜ਼ ਤੇ ਸੈਟੀਸਫਾਈਡ ਹੋਈ ਹੈ ਉਹਦੇ ਉੱਤੇ, ਕਿਉਂਕਿ ਉਹਦੇ 'ਚ ਬਹੁਤ ਅੰਦਰਲੀਆਂ ਗੱਲਾਂ ਜਿਹਦਾ ਮੈਨੂੰ ਪਤਾ ਨਹੀਂ ਹੋ ਸਕਦਾ, ਤੁਹਾਨੂੰ ਨਹੀਂ ਪਤਾ ਹੋ ਸਕਦਾ, ਉਹ ਫਾਈਲ ਨੋਟਿੰਗਸ ਤੇ ਹੈ। ਫੋਰ ਐਗਜ਼ਾਮਪਲ, ਕੋਰਟ ਨੇ ਆ ਕਿਹਾ ਕਿ ਬਾਕੀ ਮੈਂਬਰਸ ਨੇ ਸਾਈਨ ਕਰਨ ਤੋਂ ਇਨਕਾਰ ਕਰਤਾ, ਅਪੁਆਇੰਟਮੈਂਟ ਆਫ ਮਿਸਟਰ ਪ੍ਰਬੋਧ ਕੁਮਾਰ ਵਾਸ ਬਾਈ ਨੇਮ, ਉਹ ਚੀਜ਼ਾਂ ਜੇ ਅਸੀਂ ਦੇਖੀਏ ਉਹ ਫਾਈਲ ਦੇ ਉੱਤੇ ਕਲੀਅਰ ਹੈ ਕਿ ਬਾਈ ਨੇਮ ਅਪੁਆਇੰਟ ਕਰਨ ਤੋਂ ਬਾਅਦ ਉਹਨਾਂ ਨੇ ਸਾਈਨ ਕਿਉਂ ਨਹੀਂ ਕੀਤੇ, ਜੇ ਸਾਈਨ ਨਹੀਂ ਕੀਤੇ ਤੇ SIT ਦੀ ਰਿਪੋਰਟ ਹੈ ਕਿ ਇੰਡੀਵਿਜੁਅਲ ਮਿਸਟਰ ਕੁਮਾਰ ਦੀ ਰਿਪੋਰਟ, ਉਹ ਤਾਂ ਫਾਈਲ ਨੋਟਿੰਗ ਤੋਂ ਪਤਾ ਲੱਗੂਗਾ, ਉਹ ਫਾਈਲ ਨੋਟਿੰਗ ਕਿਤੇ ਪਬਲਿਕ ਨਹੀਂ ਹੈ, ਨਾ ਤਾਂ ਪੰਜਾਬ ਸਰਕਾਰ ਨੇ ਪਬਲਿਕ ਕੀਤੀਆਂ, ਨਾ ਕਿਤੇ ਅਕਿਊਜ਼ ਵੱਲੋਂ ਉਹਨਾਂ ਨੇ ਪ੍ਰੈਸ ਰਿਪੋਰਟ ਤੇ ਰਿਲਾਈ ਕੀਤਾ ਹੈ, ਕੋਰਟ ਨੇ ਰਿਕਾਰਡ ਚੈੱਕ ਕੀਤਾ ਹੈ ਸਰਕਾਰ ਵੱਲੋਂ। ਸੋ ਇਸ ਕਰਕੇ ਉਹਨਾਂ ਫਾਈਂਡਿੰਗਸ ਨੂੰ ਜੇ ਅਸੀਂ ਲਈਏ, ਉਹ ਜਦੋਂ ਤੱਕ ਉਹ ਚੀਜ਼ ਕਲੀਅਰ ਨਹੀਂ ਗਵਰਨਮੈਂਟ ਕਰਦੀ, ਉਹਦੇ ਉੱਤੇ ਇਹ ਕਹਿਣਾ ਕਿ ਉਹ ਕਰੈਕਟ ਹੈ ਜਾਂ ਨਹੀਂ, ਉਹਦੇ 'ਤੇ ਮੈਂ ਕੁਛ ਨਹੀਂ ਟਿੱਪਣੀ ਕਰ ਸਕਦਾ। ਵਿਰਕ ਸਾਹਿਬ, ਹਾਈ ਕੋਰਟ ਦੀ ਜਜਮੈਂਟ ਹੈ ਉਹ ਸਿਆਸਤ ਤੋਂ ਪ੍ਰੇਰਿਤ ਤਾਂ ਨਹੀਂ? ਇਹ ਸਵਾਲ ਵਾਰ ਵਾਰ ਚੁੱਕਿਆ ਜਾ ਰਿਹਾ ਸੀ। ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਵੇਖੋ, ਉਹ ਚੀਜ਼ 'ਤੇ ਮੈਂ ਬਿਲਕੁਲ ਵੀ ਨਹੀਂ ਕਹਾਂਗਾ ਕਿ ਸਿਆਸਤ ਤੋਂ ਪ੍ਰੇਰਿਤ ਹੈ। ਜਦੋਂ ਕੋਰਟ ਦੇ ਵਿੱਚ ਕੋਈ ਪੁਆਇੰਟ ਆਉਂਦਾ ਹੈ, ਕੋਈ ਜੱਜ ਸਾਹਿਬ ਦੇ ਸਾਹਮਣੇ ਗੱਲ ਆਉਂਦੀ ਹੈ, ਕੋਰਟ ਨੇ ਉਹਨੂੰ ਲੀਗਲ ਪੈਰਾਮੀਟਰਸ ਦੇ ਵਿੱਚ ਡਿਸਾਈਡ ਕਰਨਾ ਹੁੰਦਾ ਹੈ, ਤੇ ਲੀਗਲ ਪੈਰਾਮੀਟਰਸ ਦੇ ਵਿੱਚ ਜੇ ਅਸੀਂ ਵੇਖੋ, ਅਸੀਂ ਵੇਖੀਏ ਤਾਂ ਉਹਦੇ ਵਿੱਚ ਇੱਕ ਬੜੀ ਕਲੀਅਰ ਗੱਲ ਆਉਂਦੀ ਹੈ ਕਿ ਮੈਂ ਛੋਟੀ ਜਿਹੀ ਕੰਪੈਰੀਜ਼ਨ ਕਰ ਰਿਹਾ ਤੁਹਾਡੇ ਦਰਸ਼ਕਾਂ ਦੀ ਕਲੈਰਿਟੀ ਵਾਸਤੇ। ਜੀ, ਇੱਕ SIT ਬਣੀ ਸੀ ਡਰੱਗ ਇਸ਼ੂਜ਼ ਤੇ, ਆਨਰੇਬਲ ਹਾਈ ਕੋਰਟ ਨੇ ਬਣਾਈ ਸੀ, ਜਿਹਦੇ ਵਿੱਚ ਮਿਸਟਰ ਚਟੋਪਾਧਿਆ, ਮਿਸਟਰ ਪ੍ਰਬੋਧ ਕੁਮਾਰ ਐਂਡ ਮਿਸਟਰ ਕੁੰਵਰ ਵਿਜੇ ਤਿੰਨੋਂ ਮੈਂਬਰ ਸੀਗੇ, ਜੇ ਤੁਹਾਨੂੰ ਯਾਦ ਹੋਵੇ ਇੰਦਰਜੀਤ ਸਿੰਘ ਕੇਸ ਦੇ ਵਿੱਚ ਇੰਸਪੈਕਟਰ ਇੰਦਰ। ਹੁਣ ਜਦੋਂ ਮਿਸਟਰ ਚਟੋਪਾਧਿਆ ਨੇ ਲਾਸਟ ਰਿਪੋਰਟ ਉਹਦੇ ਸਬਮਿਟ ਕੀਤੀ ਸੀ, ਤੇ ਮਿਸਟਰ ਕੁੰਵਰ ਨੇ ਬੜਾ ਕਲੀਅਰ ਇੱਕ ਸਟੈਂਡ ਲਿਆ ਸੀ ਕਿ ਇਹ ਰਿਪੋਰਟ ਮਿਸਟਰ ਚਟੋਪਾਧਿਆ ਨੇ ਸਬਮਿਟ ਕੀਤੀ ਹੈ, ਮੇਰੇ ਸਾਈਨ ਨਹੀਂ ਹੈ, ਸੋ ਇਹ SIT ਦੇ ਮੈਂਬਰ ਹੁੰਦਿਆਂ ਨਾ ਸਾਈਨ ਕਰਨ ਕਰਕੇ ਇਹ ਰਿਪੋਰਟ SIT ਦੀ ਰਿਪੋਰਟ ਨਾ ਮੰਨੀ ਜਾਵੇ। ਉਸੇ ਤਰ੍ਹਾਂ ਅੱਜ ਜੇ ਮਿਸਟਰ ਕੁੰਵਰ ਨੇ ਇਕੱਲੇ ਚਲਾਨ ਸਬਮਿਟ ਕੀਤਾ, ਬਾਕੀਆਂ ਨੇ ਸਾਈਨ ਨਹੀਂ ਕੀਤੇ, ਤੇ ਕਿਵੇਂ ਮਿਸਟਰ ਕੁੰਵਰ ਆ ਪਲੀ ਲੈ ਸਕਦੇ ਆ, ਜਾਂ ਸਟੇਟ ਆ ਪਲੀ ਕਿਵੇਂ ਲੈ ਸਕਦੀ ਹੈ ਕਿ ਦਿਸ ਸ਼ੁੱਡ ਬੀ ਟ੍ਰੀਟਡ ਐਜ਼ ਐਨ SIT ਰਿਪੋਰਟ? SIT ਵੀ ਸਰਕਾਰ ਨੇ ਬਣਾਈ ਹੈ, ਕੋਰਟ ਨੇ ਵੀ ਆਹੀ ਪੁੱਛਿਆ ਕਿ ਤੁਸੀਂ SIT ਬਣਾਈ ਹੈ, ਤੁਸੀਂ ਇੱਕ IO ਲਾ ਦਿੰਦੇ, ਤੁਹਾਨੂੰ ਕਿਹਨੇ ਕਿਹਾ ਸੀ 5 ਜਣਿਆਂ ਦੀ ਟੀਮ ਬਣਾਉਣ ਲਈ? ਤੁਸੀਂ 5 ਜਣੇ ਬਿਠਾਏ, 1 ਜਣੇ ਦੇ ਸਾਈਨ ਨੂੰ ਐਕਸੈਪਟ ਕਰਕੇ ਫਾਈਲ ਕਰਤਾ, ਕੰਟਰਡੀ ਸਟੈਂਡ ਤੁਹਾਡਾ ਆਲਰੇਡੀ ਹੈਗਾ। ਸੋ ਇਹੋ ਜਿਹੜੇ ਲੈਪਸ ਹੋਏ ਹੈ ਗਵਰਨਮੈਂਟ ਮਸ਼ੀਨਰੀ ਦੇ ਪਾਰਟ ਤੇ, ਉਹਦਾ ਤਾਂ ਫਿਰ ਗਵਰਨਮੈਂਟ ਨੂੰ ਜਵਾਬ ਦੇਣਾ ਹੋਊਗਾ ਨਾ, ਉਹਨਾਂ ਚੀਜ਼ਾਂ ਦੇ ਉੱਤੇ ਸਿਆਸਤ ਨਹੀਂ ਆਊਗੀ। ਠੀਕ ਠੀਕ, ਗਵਰਨਮੈਂਟ ਨੂੰ ਜਵਾਬ ਦੇਣਾ ਪਊਗਾ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ, ਗਵਰਨਮੈਂਟ ਕੀ ਜਵਾਬ ਦੇਵੇਗੀ, ਗਵਰਨਮੈਂਟ ਸੁਪਰੀਮ ਕੋਰਟ 'ਚ ਆਊਗੀ, ਸੁਪਰੀਮ ਕੋਰਟ ਵਿੱਚ ਚੈਲੇਂਜ ਕੀ ਕੀਤਾ ਜਾਵੇਗਾ, ਕਿਉਂਕਿ ਜਦੋਂ SIT ਨਵੀਂ ਬਣਾਉਣ ਬਾਰੇ ਹਾਮੀ ਭਰੀ ਜਾ ਚੁੱਕੀ ਆ, ਮਤਾ ਪਾਸ ਹੋ ਚੁੱਕਿਆ, ਉਸ ਤੋਂ ਬਾਅਦ ਗਵਰਨਮੈਂਟ ਕੋਲ, ਸਰਕਾਰ ਕੋਲ ਰਾਹ ਕੀ ਬਾਕੀ ਬਚਦਾ ਹੈਗਾ। ਪਰ ਸਵਾਲ ਕੌਮ ਦਾ ਜਿਹੜਾ ਇਨਸਾਫ਼ ਮੰਗਦੀ ਪਈ ਹੈ, ਵਾਪਸ ਆ ਕੇ ਇਹ ਸਵਾਲ ਹੋਣ ਕੀ ਜ਼ਰੂਰਤ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ, ਪ੍ਰਦੀਪ ਵਿਰਕ ਸਾਡੇ ਨਾਲ ਮੌਜੂਦ ਹੈ। ਪ੍ਰਦੀਪ ਵਿਰਕ ਜੀ, ਸਰ ਤੁਹਾਨੂੰ ਐਂ ਲੱਗਦਾ ਕਿ ਹਾਈ ਕੋਰਟ ਨੇ ਟ੍ਰਾਇਲ ਕੋਰਟ ਦਾ ਰੋਲ ਆ ਜਿਹੜਾ ਹਾਈਜੈਕ ਕਰ ਲਿਆ? ਬਿਲਕੁਲ ਵੀ ਨਹੀਂ ਜੀ, ਬਿਲਕੁਲ ਵੀ ਨਹੀਂ। ਵੇਖੋ, ਹਾਈ ਕੋਰਟ ਨੇ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਉਹਦੇ ਨਾਲ ਤੁਹਾਡੇ ਦਰਸ਼ਕਾਂ ਨੂੰ ਵੀ ਕਲੀਅਰ ਹੋ ਜੂ। ਜਦੋਂ ਵੀ ਅਸੀਂ ਕਿਸੇ ਵੀ IO ਦੇ ਉੱਤੇ ਐਲੀਗੇਸ਼ਨ ਲਾਉਂਦੇ ਹਾਂ ਕਿ ਜੀ ਸਾਡੀ ਇਨਵੈਸਟੀਗੇਸ਼ਨ ਫੇਅਰ ਨਹੀਂ ਹੈ, ਇੱਥੇ ਇੱਕ ਬੜੀ ਇੰਟਰਸਟਿੰਗ ਗੱਲ ਕੇਸ ਦੀ ਹੈ ਜਿਹੜੀ ਸਾਡੇ 'ਚ ਮਤਲਬ ਜ਼ਿਆਦਾਤਰ ਲੋਕਾਂ ਨੇ ਨੋਟ ਨਹੀਂ ਕੀਤੀ। ਇੱਥੇ ਐਕਿਊਜ਼ਡ ਵੀ ਕਹਿ ਰਿਹਾ ਤਫਤੀਸ਼ ਹੋਵੇ, ਇੱਥੇ ਕੰਪਲੇਨੈਂਟ ਵੀ ਕਹਿ ਰਿਹਾ ਤਫਤੀਸ਼ ਹੋਵੇ,
तफ्तीश पेंडिंग है, स्टेट ने भी एडमिट किया, तुसी भी अपने क्वेश्चन मैंने एक गल आखी कि एक चलान आने वाला जो रहा सी राइट, इहदा मतलब इन्वेस्टिगेशन तो कंक्लूड नहीं हुई जी। सो इस करके सारे ने कहा इन्वेस्टिगेशन फेयर होवे और इन्वेस्टिगेशन जरूर कराओ जिहड़े कल्प्रिट्स ने उन्होंने पनिश करो। सो इस करके इन्वेस्टिगेशन होनी, पब्लिक डोमेन दे विच अवेलेबल होना, फेयर होना, वो चीज़ जरूरी सी। हुण जदों किसी ने एलीगेशन लाते कि जी एस आई टी की रिपोर्ट नहीं है, एक ऑफिसर की रिपोर्ट है, तो वेखो जे आपां लीगली कहीए वो चीज़ का तो सरकार नूं जवाब देना पैना ना कि एस आई टी की रिपोर्ट क्यों नहीं है। ठीक है विरक साहब, की पंजाब सरकार नूं एस एल पी लई जाना चाहिए, जे जाना चाहिए तो किवें जाना चाहिए, किहड़े रस्ते है? मेरे ओपीनियन दे विच तां जी सरकार नूं एस आई टी बना के प्रोसीड कर लेना चाहिए विद द इन्वेस्टिगेशन, क्योंकि जिहड़ा तां इशू है कि मिस्टर कुंवर विजय इन्वेस्टिगेट अगे करन या ना करन, जदों रिजाइन नहीं कर चुके है, जे ऑनरेबल हाईकोर्ट दे ऑर्डर दे उत्ते ऑनरेबल सुप्रीम कोर्ट ने स्टे भी करता तां वी मिस्टर कुंवर तां इन्वेस्टिगेट कर नहीं सकदे, तां रिजाइन कर चुके है। गल इह है कि उहनां दी इन्वेस्टिगेशन सैट असाइड होऊगी या नहीं होऊगी। सुप्रीम कोर्ट दे विच मैटर आराम नाल 6 महीने निकल जाने हैं, कोविड क्राइसिस करके हो सकता है ज्यादा। तुहाड़े वाले केस दे विच तुहाड़े वाला केस भी इसे करके प्रस्यू नहीं हो पा रहा, मुल्तानी मामला कर सकते हैं। तो इस करके ये साडे लिए बड़ा ईजी होगा जे असी गवर्नमेंट वालों आ एक्सपैक्ट करिए कि गवर्नमेंट इंसाफ देन लिए एस आई टी बनाऊगी और 6 महीने तफ्तीश पूरी कर देगा। ਉਹ ਆਫਿਸਰ ਨੇ ਨੌਕਰੀ ਚੋਂ ਵੀ ਅਸਤੀਫਾ ਦਿੱਤਾ, ਹੁਣ ਤਾਂ ਅਸੀਂ ਜੋ ਮਰਜ਼ੀ ਕਰ ਲਈਏ ਅਸੀਂ ਉਹ ਆਫਿਸਰ ਨੂੰ ਦੁਬਾਰਾ ਐਸ ਆਈ ਟੀ 'ਚ ਬਿਠਾ ਨਹੀਂ ਸਕਦੇ। ਵੱਧ ਤੋਂ ਵੱਧ ਸੁਪਰੀਮ ਕੋਰਟ ਤੋਂ ਕੀ ਕਹਿ ਸਕਦੇ ਕਿ ਵੱਧ ਤੋਂ ਵੱਧ ਅਸੀਂ ਹੁਣ ਸੁਪਰੀਮ ਕੋਰਟ ਤੋਂ ਇਹ ਰਿਲੀਫ ਐਕਸਪੈਕਟ ਕਰ ਸਕਦੇ ਹਾਂ ਕਿ ਚਲਾਨ ਸੈਟ ਅਸਾਈਡ ਨਾ ਹੋਣ, ਠੀਕ ਮੈਕਸੀਮਮ ਇਹ ਬੈਨੀਫਿਟ ਮਿਲ ਸਕਦਾ। ਜੇ ਉਹ ਬੈਨੀਫਿਟ ਆਪਾਂ ਨੂੰ 6 ਮਹੀਨੇ ਬਾਅਦ ਮਿਲਿਆ ਤਾਂ ਸਾਨੂੰ ਸਾਡੇ ਹੱਥ ਕੀ ਆਇਆ? ਇਜ਼ਨਟ ਇਟ ਬੈਟਰ ਕਿ ਸਰਕਾਰ 6 ਮਹੀਨੇ 'ਚ ਤਫਤੀਸ਼ ਹੀ ਪੂਰੀ ਕਰਵਾ ਦੇਵੇ ਐਸ ਆਈ ਟੀ ਤੋਂ? ਠੀਕ ਠੀਕ ਵਿਰਕ ਸਾਹਿਬ, ਹੁਣ ਆਪਾਂ ਪੁਲਿਸ ਦੇ ਰੋਲ 'ਤੇ ਆ ਜਾਂਦੇ ਸਰ। ਸਰ ਗੁਰਦੀਪ ਸਿੰਘ, ਰਸ਼ਪਾਲ ਸਿੰਘ ਵਰਗੇ ਇੱਕ ਹੌਲਦਾਰ ਇੰਸਪੈਕਟਰ ਦੇ ਜਿਹੜੇ ਰੋਲ ਵਿੱਚ ਬੰਦੇ ਸੀਗੇ ਜੀ, ਸਰ ਉਹ ਇਸ ਕੇਸ ਨੂੰ ਅੱਗੇ ਵਧਾਉਂਦੇ ਪਏ ਆ। ਗੁਰਦੀਪ ਸਿੰਘ ਦਾ ਸਾਰੀ ਪਟੀਸ਼ਨ ਆ, ਤੁਹਾਨੂੰ ਪਤਾ ਇਸ ਪੂਰੇ ਕੇਸ ਦਾ ਜੀ। ਸਰ ਉਹਨਾਂ ਕੋਲ ਵਕੀਲਾਂ ਨੂੰ ਦੇਣ ਵਾਸਤੇ ਇੰਨੀ ਵੱਡੀ ਵੱਡੀ ਫੀਸ ਹੈਗੀ ਆ ਸਰ, ਕਿਵੇਂ ਸਰ ਕੇਸ ਨੂੰ ਪਰਸਿਊ ਕਰਦੇ? ਮੈਂ ਸਰ ਹੁਣ ਪੁਲਿਸ ਦੇ ਰੋਲ 'ਤੇ ਫੋਕਸ ਹੋ ਰਿਹਾ ਸਿੱਧਾ। ਵਿਰਕ ਸਾਹਿਬ ਦੇਖੋ, ਉਹ ਚੀਜ਼ ਦਾ ਜਵਾਬ ਤਾਂ ਉਹ ਦੇ ਸਕਦੇ ਆ ਉਹ ਕਿੱਥੋਂ ਪੈਸੇ ਦੇ ਰਹੇ ਆ, ਕੀ ਕਰ ਰਹੇ ਆ, ਉਹ ਚੀਜ਼ ਦਾ ਮੈਨੂੰ ਆਈਡੀਆ ਨਹੀਂ। ਮੈਂ ਤਾਂ ਜਿਹੜੀ ਤੁਹਾਡੇ ਨਾਲ ਗੱਲ ਕਰ ਸਕਦਾ, ਮੈਂ ਲੀਗਲ ਪੈਰਾਮੀਟਰਸ 'ਤੇ ਕਰ ਸਕਦਾ, ਕਿਸੇ ਦੇ ਲੈਪਸ ਦੇ ਉੱਤੇ ਕਰ ਸਕਦਾ ਕਿ ਕਿੱਥੇ ਕੀ ਕਮੀ ਰਹਿ ਗਈ ਔਰ ਕੀ ਸਾਨੂੰ ਅੱਗੇ ਸੋਲੂਸ਼ਨ ਲੈਣਾ ਚਾਹੀਦਾ। ਚਲੋ ਮੈਂ ਸਵਾਲ ਸਿੱਧਾ ਕਰ ਦਿੰਦਾ ਵਿਰਕ ਸਾਹਿਬ, ਸਵਾਲ ਸਿੱਧਾ ਕਰ ਦਿੰਦਾ, ਕੀ ਪੋਲੀਟੀਕਲ ਬੈਕਿੰਗ ਹੈਗੀ ਹੈ ਇਹਨਾਂ ਪੁਲਿਸ ਵਾਲਿਆਂ ਦੇ ਪਿੱਛੇ? ਦੇਖੋ, ਹੋ ਸਕਦਾ ਪੋਲੀਟੀਕਲ ਹੋਵੇ ਜਾਂ ਨਾ ਹੋਵੇ, ਪਰ ਸੀਨੀਅਰ ਆਫੀਸਰਸ ਦੀ ਇਨਵੋਲਵਮੈਂਟ ਤਾਂ ਡੈਫੀਨਿਟਲੀ ਹੈ ਨਾ। ਤੁਸੀਂ ਸੀਨੀਅਰ ਆਫੀਸਰਸ ਵੀ ਤਾਂ ਸੀਨੀਅਰ ਆਫੀਸਰ ਸਰ ਕਿੰਦੇ ਬਾਰੇ ਕਹਿ ਰਹੇ ਹੋ ਤੁਸੀਂ? ਚਰਨਜੀਤ ਸ਼ਰਮਾ, ਪਰਮਰਾਜ ਸਿੰਘ ਉਮਰਾਨੰਗਲ, ਸੁਮੇਧ ਸੈਣੀ, ਪਰਮਰਾਜ ਉਮਰਾਨੰਗਲ, ਇਹ ਦੋਵੇਂ ਸੀਨੀਅਰ ਆਫੀਸਰਸ 'ਚ ਆ ਗਏ। ਇਹਨਾਂ ਦਾ ਰੋਲ ਤਾਂ ਬੜਾ ਕਲੀਅਰ ਹਾਈਲਾਈਟ ਹੋ ਰਿਹਾ, ਔਰ ਜੇ ਆ ਕੇਸ 'ਤੇ ਅੱਜ ਪ੍ਰੋਸੀਡਿੰਗ ਕੁਆਸ਼ ਹੋਈ ਹੈ ਤੇ ਸਭ ਤੋਂ ਵੱਡਾ ਫਾਇਦਾ ਤਾਂ ਇਹਨਾਂ ਅਫਸਰਾਂ ਨੂੰ ਗਿਆ ਜੇ ਅਸੀਂ ਪ੍ਰੈਕਟੀਕਲੀ ਦੇਖੀਏ। ਤੁਸੀਂ ਵਿਰਕ ਸਾਹਿਬ ਸੁਮੇਧ ਸੈਣੀ ਦੇ ਮਗਰ ਬਹੁਤ ਲੱਗੇ ਰਹੇ ਹੋ ਤੁਸੀਂ, ਹੁਣ ਵੀ ਤੁਹਾਡਾ ਕੇਸ ਆ ਜਿਹੜਾ ਉਹ ਪੈਂਡਿੰਗ ਚੱਲਦਾ ਪਿਆ, ਪੈਂਡੈਮਿਕ ਦੇ ਦੌਰ ਵਿੱਚ ਸੁਣਵਾਈਆਂ ਨਹੀਂ ਹੋ ਪਾ ਰਹੀਆਂ, ਤੁਹਾਨੂੰ ਇਹ ਸਾਰਾ ਇਲਮ ਹੈਗਾ, ਤੁਸੀਂ ਇਹ ਸਾਰਾ ਕੇਸ ਪਰਸਿਊ ਕਰਦੇ ਪਿਆ, ਤੁਸੀਂ ਜਦੋਂ ਇਸ ਪੂਰੇ ਮਾਮਲੇ 'ਚ ਸੁਮੇਧ ਸਿੰਘ ਸੈਣੀ ਦਾ ਜ਼ਿਕਰ ਆਉਂਦਾ ਤਾਂ ਉਦੋਂ ਤੁਸੀਂ ਸਭ ਤੋਂ ਜ਼ਿਆਦਾ ਸੰਤੁਸ਼ਟ ਨਜ਼ਰ ਆ ਰਹੇ ਸੀਗੇ ਜਿੱਥੇ ਤੱਕ ਮੈਨੂੰ ਯਾਦ ਹੈ। ਹੁਣ ਤੁਹਾਨੂੰ ਲੱਗਦਾ ਕਿ ਤੁਹਾਡੇ ਕੇਸ ਨੂੰ ਵੀ ਝਟਕਾ ਲੱਗਦਾ ਪਿਆ ਅਤੇ ਇੱਥੇ ਵੀ ਸੁਮੇਧ ਸੈਣੀ ਹਰੀ ਸਾਰੇ ਆਪਦੇ ਆਪ ਨੂੰ ਕਹਿ ਰਹੇ ਅਸੀਂ ਤਾਂ ਪਾਸੇ ਹੋ ਗਏ ਹੁਣ? ਸਰ ਵੇਖੋ, ਇੱਕ ਸਿੰਪਲ ਜੀ ਮੈਂ ਪਹਿਲਾਂ ਗੱਲ ਕਲੈਰੀਫਾਈ ਕਰਾਂ, ਜਿੱਥੇ ਤੱਕ ਸੁਮੇਧ ਸੈਣੀ ਵਰਗੇ ਨੂੰ ਹੱਥ ਪਾਉਣ ਦੀ ਗੱਲ ਆਉਂਦੀ ਹੈ, ਜਿਹੜੇ ਬੰਦੇ ਨੇ ਕਾਨੂੰਨ ਨਾਲ ਖਿਲਵਾੜ ਕਰਨ ਦੀ ਐਕਸਪਰਟੀਜ਼ ਸਮਝੋ ਪਾਈ ਹੋਵੇ ਜ਼ਿੰਦਗੀ, ਸੁਮੇਧ ਸੈਣੀ ਵਰਗੇ ਨੇ ਜਿਹਨੇ ਵਰਗੀ ਨੂੰ ਦਾਗਦਾਰ ਕਰਨ ਦੀ ਇੱਕ ਐਗਜ਼ਾਮਪਲ ਸੈੱਟ ਕੀਤੀ ਹੋਵੇ, ਉਹ ਜਿਹੀ ਟੀਮ ਅਫਸਰਾਂ ਦੀ ਤਿਆਰ ਕੀਤੀ ਹੋਵੇ, ਸੋ ਉਹਦੇ ਨਾਲ ਲੜਾਈ ਦੇ ਵਿੱਚ ਝਟਕੇ ਲੱਗਣੇ ਆਮ ਚੀਜ਼ ਹੈ। ਮੈਂ ਡੀਮੋਰਲਾਈਜ਼ ਨਹੀਂ ਹੁੰਦਾ ਇਹਨਾਂ ਚੀਜ਼ਾਂ ਤੋਂ, ਮੇਰਾ ਰੱਬ ਦੇ ਵਿੱਚ ਬਹੁਤ ਵਿਸ਼ਵਾਸ ਹੈ ਔਰ ਮੈਂ ਲੜਦਿਆਂ ਹੋਇਆਂ ਜਿੱਤ 'ਤੇ ਫੋਕਸ ਕਰਦਾ, ਨਾ ਕਿ ਇਹਨਾਂ ਦੇ ਵਿੱਚ ਆਉਂਦੇ ਹੋਏ ਰਸਤੇ ਦੇ ਵਿੱਚ ਅੜਚਣਾਂ, ਸੈਟਬੈਕਸ, ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ। ਮੈਂ ਇੱਥੇ ਇੱਕ ਗੱਲ ਕਲੈਰੀਫਾਈ ਕਰਾਂਗਾ, ਸੁਮੇਧ ਸੈਣੀ 'ਤੇ ਪਹਿਲਾਂ ਸੀ ਬੀ ਆਈ ਦਾ ਕੇਸ ਚੱਲਿਆ 94 'ਚ,
ठीक है जी, वो 2004 ਦੇ ਵਿੱਚ ਸੁਪਰੀਮ ਕੋਰਟ ਨੇ ਦਿੱਲੀ ਟ੍ਰਾਂਸਫਰ ਕਰਤਾ। ਹੁਣ ਤੁਹਾਨੂੰ ਅੱਜ ਜੇ ਆਪਾਂ ਅੱਜ ਦੇਖੀਏ ਸੁਮੇਧ ਸੈਣੀ ਤੇ ਅੱਜ ਵੀ ਉਹ ਕੇਸ ਚੱਲ ਰਿਹਾ, ਪਰ ਉਹ ਕੇਸ ਦੇ ਚੱਲਣ ਤੱਕ ਮਤਲਬ ਮੁਲਤਾਨੀ ਕੇਸ ਸ਼ੁਰੂ ਹੋਣ ਤੱਕ ਸੁਮੇਧ ਸੈਣੀ ਹੋਰ ਕਿਹੜੇ ਕੇਸ 'ਚ ਅਕਿਊਜ਼ ਬਣ ਗਿਆ? ਇਸ ਕੇਸ ਦੇ ਵਿੱਚ ਵੀ ਸੁਮੇਧ ਸੈਣੀ January 21 ਦੇ ਵਿੱਚ ਜਾ ਕੇ ਮੇਨ ਅਕਿਊਜ਼ ਬਣਿਆ। 17 January 2021 ਤੱਕ ਜਦੋਂ ਤੱਕ ਇਹਦੇ ਖਿਲਾਫ਼ ਚਲਾਨ ਨਹੀਂ ਆਇਆ ਸੁਮੇਧ ਸੈਣੀ ਵਾਜ਼ ਨੋਟ ਐਨ ਅਕਿਊਜ਼ਡ, ਇਕੱਲਾ ਮੁਲਤਾਨੀ ਕੇਸ ਤੇ ਦਿੱਲੀ CBI ਕੇਸ ਦੇ ਵਿੱਚ ਅਕਿਊਜ਼ ਸੀ। ਸੋ ਇਸ ਕਰਕੇ ਮੈਨੂੰ ਇਹਨਾਂ ਚੀਜ਼ਾਂ ਦੇ ਨਾਲ ਸੈਟਬੈਕਸ ਨਾਲ ਕੋਈ ਫਰਕ ਨਹੀਂ ਪੈਂਦਾ। ਸੁਮੇਧ ਸੈਣੀ ਵਰਗੇ ਦੇ ਖਿਲਾਫ਼ ਲੋਕੀ ਅੱਗੇ ਆਏ ਜਦੋਂ ਉਹਨੂੰ ਕੋਈ ਰਿਲੀਫ ਮਿਲਦਾ ਡਰ ਕੇ ਪਿੱਛੇ ਹਟ ਜਾਂਦੇ ਆ, ਉਹ ਲੋਕਾਂ ਦਾ ਕੰਮ ਹੈ। ਮੈਂ ਸੁਮੇਧ ਸੈਣੀ ਦੇ ਖਿਲਾਫ਼ ਉਹਦੀ ਪਾਵਰ ਦੀ ਪੀਕ ਤੇ ਵੀ ਲੜਿਆ, ਮੈਂ ਅੱਜ ਵੀ ਲੜ ਰਿਹਾ, ਮੈਂ ਅਜੇ ਤੋਂ ਡਰਦਾ ਨਹੀਂ, ਇਹਨੂੰ ਸਜ਼ਾ ਦਵਾਉਣੀ ਹੈ। ਮੈਂ ਉਸ ਚੀਜ਼ ਲਈ ਬੜਾ ਕਲੀਅਰ ਹਾਂ ਕਿਉਂਕਿ ਐਗਜ਼ਾਮਪਲ ਸੈੱਟ ਕਰਨੀ ਬਹੁਤ ਜ਼ਰੂਰੀ ਹੈ। ਹੈਵਿੰਗ ਬੀਨ ਐਨ IPS ਆਫਿਸਰ ਮੈਨੂੰ ਵੀ ਇਹ ਲੱਗਦਾ ਕਿ ਵਰਦੀ ਇੰਨੀ ਦਾਗਦਾਰ ਹੋ ਚੁੱਕੀ ਹੈ ਕਿ ਵਰਦੀ ਪਾਉਣ ਵਾਲੇ ਦੇ ਜਾਂ ਤਾਂ ਜ਼ਮੀਰ ਮਰ ਗਏ ਹੈ ਜਾਂ ਉਹ ਇੰਨੇ ਸ਼ਰਮਿੰਦੇ ਹੋ ਚੁੱਕੇ ਹੈ ਉਸ ਚੀਜ਼ ਤੇ ਕਿ ਉਹ ਕੁਛ ਕਰ ਨਹੀਂ ਪਾ ਰਹੇ। ਸੋ ਈਦਰ ਵੇ ਇਹਨਾਂ ਵਰਦੀਆਂ ਦੀ ਰਿਸਪੈਕਟ ਰਿਸਟੋਰ ਕਰਨੀ, ਇਸ ਵਰਦੀ ਦੀ ਇੱਕ ਇੱਜ਼ਤ ਜਿਹੜੀ ਸੀ ਉਹ ਬਰਕਰਾਰ ਰੱਖਵਾਉਣੀ ਬਹੁਤ ਜ਼ਰੂਰੀ ਹੈ। ਮੈਂ ਤੁਹਾਡੇ ਡੀਮੋਰਲਾਈਜ਼ ਹੋਣ ਦਾ ਜ਼ਿਕਰ ਹੀ ਨਹੀਂ ਕਰ ਰਿਹਾ ਵਿਰਕ ਸਾਹਿਬ, ਤੁਸੀਂ ਡੀਮੋਰਲਾਈਜ਼ ਨਹੀਂ ਹੋਵੋਗੇ ਮੈਨੂੰ ਪਤਾ ਜੀ। ਮੇਰਾ ਸਵਾਲ ਸੀ ਵਿਰਕ ਸਾਹਿਬ, ਜਿਹੜੇ ਲੋਕ ਸੁਮੇਧ ਸੈਣੀ ਦੇ ਖਿਲਾਫ਼ ਅੱਗੇ ਆਏ ਸੀ ਜਿਨ੍ਹਾਂ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਦੋਂ ਸੈਟਬੈਕ ਲੱਗਦਾ ਉਹ ਪਿੱਛੇ ਹੋ ਜਾਂਦੇ ਆ, ਸਰ ਮੇਰਾ ਸਵਾਲ ਤਾਂ ਉਹਨਾਂ ਦਾ ਹੀ ਹੈ ਸਰ, ਕਿਉਂਕਿ ਉਹ ਲੋਕ ਉਦੋਂ ਅੱਗੇ ਆਉਂਦੇ ਆ ਜੋ ਸੁਮੇਧ ਸੈਣੀ ਦੇ ਖਿਲਾਫ਼ ਹੈ, ਅਦਾਲਤਾਂ ਵੱਡੀਆਂ ਵੱਡੀਆਂ ਟਿੱਪਣੀਆਂ ਕਰਦੀਆਂ, ਉਸ ਤੋਂ ਬਾਅਦ ਉਹ ਪਿੱਛੇ ਹੋ ਜਾਂਦੇ। ਸਰ ਸੁਮੇਧ ਸੈਣੀ ਦਾ ਇੰਨਾ ਖੌਫ ਹੈ ਸਰ, ਵਰਦੀ ਉਤਰਨ ਤੋਂ ਬਾਅਦ ਵੀ ਇੰਨਾ ਖੌਫ ਹੈ ਸਰ। ਬਿਲਕੁਲ ਠੀਕ ਤੁਸੀਂ ਗੱਲ ਆਖੀ ਹੈ, ਪਰ ਉੱਥੇ ਵੀ ਇੱਕ ਫਰਕ ਬੜਾ ਇੰਟਰਸਟਿੰਗ ਹੈ। ਜਦੋਂ ਉਹ ਚੀਜ਼ ਹੁੰਦੀ ਹੈ ਲੋਕੀ ਮੀਡੀਆ ਦੇ ਵਿੱਚ ਇੰਟਰਵਿਊ ਦੇ ਦਿੰਦੇ ਹੈ, ਮੇਰੇ ਤੱਕ ਉਹ ਫਿਰ ਨਹੀਂ ਆਏ। ਮੈਂ ਕਿਸੇ ਨੂੰ ਵੀ ਅਪਰੋਚ ਨਹੀਂ ਕਰਦਾ ਕਿ ਮੇਰੇ ਕੋਲ ਆਓ ਤੇ ਕੰਪਲੇਂਟਸ ਦਿਓ ਤੇ ਮੈਂ ਆ ਕਰਾਂਗਾ। ਫੋਨ ਤੇ ਗੱਲ ਕਰ ਲੈਂਦੇ ਆ, ਜਦੋਂ ਮੈਂ ਕਹਿ ਦੇਣਾ ਅੱਛਾ ਠੀਕ ਹੈ ਜੀ ਕਾਗਜ਼ ਲੈ ਕੇ ਆ ਜਾਓ ਦੇਖ ਲੈਂਦੇ ਹਾਂ, ਉਦੋਂ ਫਿਰ ਪਿੱਛੇ ਹਟ ਜਾਂਦੇ ਆ। ਗੱਲ ਉਹੀ ਹੁੰਦੀ ਹੈ ਕਿ ਸੁਮੇਧ ਸੈਣੀ ਇੱਕ ਦਹਿਸ਼ਤ ਦੇ ਮਾਹੌਲ ਦੇ ਵਿੱਚ ਉਹਨੂੰ ਕ੍ਰੀਏਟ ਕਰਕੇ ਉਹਨੇ ਸਰਵਾਈਵ ਕੀਤਾ ਹੈ। ਉਹਨੇ ਆਹ ਸ਼ੋਅ ਕੀਤਾ ਕਿ ਜੀ ਮੇਰੀ ਇੰਨੀ ਪਹੁੰਚ ਹੈ ਕਿ ਮੇਰੇ ਖਿਲਾਫ਼ ਕੋਈ ਆਵਾਜ਼ ਨਹੀਂ ਚੁੱਕ ਸਕਦਾ, ਜਿਹੜਾ ਚੁੱਕੂਗਾ ਕੀ ਅੰਜਾਮ ਹੋਊਗਾ ਵੇਖ ਲਓ, ਪਰ ਮੈਨੂੰ ਕਾਨੂੰਨ ਹੱਥ ਨਹੀਂ ਪਾ ਸਕਦਾ। ਮੈਂ ਫਿਰ ਉਹੀ ਗੱਲ ਕਹਿਣਾ, ਅੱਜ ਵੀ ਕੇਸ ਦੀ ਤਫਤੀਸ਼ ਤਾਂ ਨਹੀਂ ਬੰਦ ਹੋਈ, ਮੈਂ ਅੱਜ ਵੀ ਇੱਕ ਉਮੀਦ ਰੱਖਦਾ ਕਿ ਜਿਹੜੀ SIT ਬਣੂਗੀ ਉਹ ਫੇਅਰ ਇਨਵੈਸਟੀਗੇਸ਼ਨ ਕਰੂਗੀ ਔਰ ਸੁਮੇਧ ਸੈਣੀ ਦਾ ਰੋਲ ਸਾਰਿਆਂ ਦੇ ਸਾਹਮਣੇ ਆਊਗਾ। ਮੈਂ ਅੱਜ ਵੀ ਉਮੀਦ ਰੱਖਦਾ ਮੁਲਤਾਨੀ ਕੇਸ ਵਿੱਚ ਸੁਮੇਧ ਸੈਣੀ ਨੂੰ ਸਜ਼ਾ ਹੋਊਗੀ, ਪ੍ਰਦੀਪ ਵਿਰਕ ਕੀ ਕਹਿੰਦੇ ਆ? ਦੇਖੋ ਮੈਂ ਤਾਂ ਪੂਰਾ ਜ਼ੋਰ ਲਾਇਆ ਹੋਇਆ ਔਰ ਮੇਰਾ ਰੱਬ ਦੇ ਵਿੱਚ ਵਿਸ਼ਵਾਸ ਹੈ, ਜੇ ਸੈਣੀ ਨੇ ਇਸ ਕੇਸ ਚੋਂ ਨਿਕਲਣਾ ਹੁੰਦਾ ਬਹੁਤ ਪਹਿਲਾਂ ਨਿਕਲ ਗਿਆ ਹੁੰਦਾ। ਸੁਮੇਧ ਸੈਣੀ ਨੂੰ ਸਜ਼ਾ ਉਹਦੇ ਪਾਪਾਂ ਦੀ ਜ਼ਰੂਰ ਦੋ, ਹੁਣ ਉਹ ਕਿੰਨੀ ਦੇਰ 'ਚ ਮਿਲਦੀ ਹੈ ਇਹ ਡਿਪੈਂਡ ਕਰਦਾ। ਸਜ਼ਾ ਤਾਂ ਇਹਨੂੰ ਪੱਕਾ ਕਰਾਉਣੀ ਹੈ, ਹਰ ਕੇਸ 'ਚ ਇਹਦੇ ਹਰ ਪਾਪ ਦੇ ਲਈ ਇਹਨੂੰ ਸਜ਼ਾ ਦਵਾਉਣੀ ਹੈ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ, ਇੱਕ ਕੇਸ ਹੋਵੇ ਭਾਵੇਂ 10 ਲੋਕ ਅੱਗੇ ਆ ਜਾਣ ਹੋਰ। ਠੀਕ ਹੈ, ਮੈਂ ਇੱਕ ਛੋਟਾ ਜਿਹਾ ਵਕਫਾ ਲੈ ਕੇ ਵਾਪਸ ਆ ਰਿਹਾ। ਪ੍ਰਦੀਪ ਵਿਰਕ, ਤੁਸੀਂ ਬੜੇ ਕੌਨਫੀਡੈਂਟ ਹੋ, IPS ਤੋਂ ਪਾਸੇ ਹੋ ਕੇ ਇਹਨਾਂ ਨੇ ਕੋਰਟ ਦਾ ਰਾਹ ਫੜਿਆ, ਹਾਈ ਕੋਰਟ ਸੁਪਰੀਮ ਕੋਰਟ ਤੱਕ ਕੇਸ ਲੜਦੇ ਪਏ ਆ, ਅਤੇ ਕੌਨਫੀਡੈਂਸ ਬਹੁਤ ਜ਼ਿਆਦਾ, ਪਰ ਇਸ ਕੌਨਫੀਡੈਂਸ ਦੇ ਵਿਚਾਲੇ ਕਿ ਇਹ ਸਿਆਸਤ ਹੈ ਜਿਹੜੀ ਉਹ ਵੱਡੇ ਅਫਸਰਾਂ ਨੂੰ ਬਚਾਉਂਦੀ ਤਾਂ ਨਹੀਂ ਰਹੀ? ਇਹ ਸਵਾਲ ਵਾਰ ਵਾਰ ਪੁੱਛਿਆ ਜਾ ਰਿਹਾ, ਇਹ ਸਵਾਲ ਪ੍ਰਦੀਪ ਵਿਰਕ ਹਰਾਂ ਨੂੰ ਵੀ ਪੁੱਛਿਆ ਜਾ ਰਿਹਾ, ਪਰ ਵਿਰਕ ਸਾਹਿਬ ਕਹਿੰਦੇ ਆ ਮੈਂ ਤੱਥਾਂ ਆਧਾਰ 'ਤੇ ਗੱਲ ਕਰਨੀ ਹੈ, ਸਿਆਸਤ ਕੀ ਕਰ ਰਹੀ ਹੈ ਉਸ ਬਾਰੇ ਉਹ ਜਵਾਬ ਨਹੀਂ ਦੇਣਾ ਚਾਹੁੰਦੇ। ਪਰ ਸਵਾਲ ਸਾਰਾ ਸਿਆਸਤ ਹੈ, ਅਤੇ ਇਸ ਮੁੱਦਿਆਂ 'ਤੇ ਹੀ ਵੋਟਾਂ ਪੈ ਰਹੀਆਂ 2022, ਇਹਦੇ 'ਤੇ ਤਾਂ ਨਹੀਂ ਕਿਤੇ ਪਲਾਨ ਹੋ ਰਿਹਾ। ਵਾਪਸ ਆ ਰਹੇ ਹਾਂ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ, ਅਤੇ ਇਸ ਸਵਾਲ ਦੇ ਨਾਲ ਸਵਾਗਤ ਕਰ ਰਹੇ ਹਾਂ ਵਿਰਕ ਸਾਹਿਬ। ਸਰ ਤੁਸੀਂ ਕਹਿ ਰਹੇ ਹੋ ਮੈਂ ਸਿਆਸਤ ਦਾ ਜਵਾਬ ਨਹੀਂ ਦੇਣਾ, ਪਰ ਇਹ ਸਾਰੇ ਮਾਮਲੇ ਸਿਆਸੀ ਹੈ ਸਰ, ਚਾਹੇ ਮੈਂ ਤੁਹਾਡੇ ਵਾਲਾ ਮੁਲਤਾਨੀ ਕੇਸ ਚੱਕ ਲਵਾਂ ਸਰ, ਉਸ ਦੇ ਵਿੱਚ ਵੀ ਸਿਆਸਤ ਦਾ ਬਹੁਤ ਵੱਡਾ ਰੋਲ ਆ ਸਰ, ਬਹੁਤ ਸਰਕਾਰਾਂ ਨੇ ਬਚਾਇਆ ਵੀ ਹੈ, ਬਹੁਤ ਸਰਕਾਰਾਂ ਨੇ ਚਲਾਣ ਵੀ ਪੇਸ਼ ਕੀਤੇ ਹੈ, ਨਹੀਂ ਵੀ ਪੇਸ਼ ਕੀਤੇ ਹੈ। ਇਸ ਬਹਿਬਲ ਕਲਾ, ਕੋਟਪੁਰਾ ਗੋਲੀਕਾਂਡ, ਬੇਅਦਬੀ ਕਾਂਡ, ਇਹਦੇ ਵਿੱਚ ਵੀ ਸਰ ਸਿਆਸਤ ਦਾ ਪਿਛੋਕੜ ਹੈ ਸਰ, ਸਰ ਇਸ ਨੂੰ ਹੈਂਡਲ ਕਿਵੇਂ ਕੀਤਾ ਜਾ ਸਕਦਾ, ਕਿਉਂਕਿ ਪੁਲਿਸ ਦਾ ਅਤੇ ਸਿਆਸਤ ਦਾ ਨੈਕਸਸ ਬਹੁਤ ਤਕੜਾ? ਮੈਂ ਫਿਰ ਪੁਲਿਸ ਰਿਫੋਰਮ 'ਤੇ ਆ ਰਿਹਾ ਵਿਰਕ ਸਾਹਿਬ। ਪਹਿਲਾਂ ਮੈਂ ਸਿਆਸਤ ਵਾਲੀ ਚੀਜ਼ ਦਾ ਜਵਾਬ ਦੇਵਾਂ। ਵੇਖੋ ਜੀ, ਜਿੱਥੇ ਤੱਕ ਮੁਲਤਾਨੀ ਕੇਸ ਦਾ ਸਵਾਲ ਹੈ, ਮੈਂ ਇੱਕ ਗੱਲ ਸਾਰਿਆਂ ਨੂੰ ਆਖੀ ਸੀ ਕਿ ਮੈਨੂੰ ਇੱਕ ਜਣਾ ਕਹਿ ਦੇਵੇ ਔਨ ਰਿਕਾਰਡ ਕਿ ਮੁਲਤਾਨੀ ਨੂੰ ਇਸ ਟੋਰਚਰ ਘਟੀਆ ਟੋਰਚਰ ਦੇ ਨਾਲ ਮਾਰਨ ਤੋਂ ਬਾਅਦ ਉਸ ਫੈਮਿਲੀ ਨੂੰ ਇਨਸਾਫ਼ ਦਿਵਾਉਣਾ, ਇਹਨੂੰ ਅਸੀਂ ਸਿਆਸਤ ਕਹਿ ਸਕਦੇ? ਵੇਖੋ, ਮੈਨੂੰ ਨਾ ਤਾਂ ਕਿਸੇ ਸਿਆਸੀ ਪਾਰਟੀ ਨੇ ਇੰਗੇਜ ਕੀਤਾ, ਮੇਰੇ ਕੋਲ ਤਾਂ FIR ਰਜਿਸਟਰ ਕਰਵਾ ਕੇ ਪਾਰਟੀ ਆਈ, ਫੈਮਿਲੀ ਆਈ। ਮੈਂ ਭੁੱਲਰ ਦਾ, ਦੇਵਿੰਦਰ ਭੁੱਲਰ ਦੇ ਵੱਲੋਂ ਇਹ ਸੁਪਰੀਮ ਕੋਰਟ ਦੇ ਵਿੱਚ ਲਾਇਰ ਨੂੰ ਉਸ ਵੇਲੇ ਅਸਿਸਟ ਕੀਤਾ ਸੀ ਜੀ। ਹੁਣ ਜਦੋਂ ਮੇਰੇ ਕੋਲ ਆਏ ਹੈ, ਮੇਰੇ ਕੋਲ ਤਾਂ ਕਿਸੇ ਸਿਆਸਤ ਕਰਕੇ ਨਹੀਂ ਆਏ,
एक इंसान नू जदों इन्वेस्टिगेशन दे विच आया है कि टॉर्चर करके मारिया गया है तो मैनू दसो उहनू इंसाफ देना कित्थे तक तुसी उहनू टॉर्चर सॉरी सियासत कह सकते हो। एक जरूरी चीज है मैं सियासत करके इस केस च नहीं आया, मैं दूजी गल बरगाड़ी ते बैबल कलां वाले केस च कह रहा। सियासत जिन्हां ने करनी है उन्होंने हर मुद्दे ते सियासत करनी, जिन्हां ने नहीं करनी उन्होंने किते नहीं करनी। मैनू दसो जिहड़े इंजर होए पुलिस वाले सी या जिहड़े पब्लिक दे बंदे मरे या पब्लिक इंजर हुई दोवें पंजाब दे ही सी ना जी, सो उन्हां नू इंसाफ देना क्यों नहीं जरूरी और उन्हां नू इंसाफ दवाउणा सियासत नहीं है। देखो मेरी एक मजबूरी समझो, मैं एक लॉयर हाँ, एज अ लॉयर मैं सियासत नहीं, मैनू कानून दे दायरे नू देखना जरूरी है बिकॉज अल्टीमेटली सियासत का भी एम ए हुंदा है कि रूल ऑफ लॉ रखा जाए। मैं रूल ऑफ लॉ ते फोकस करदा कि बंदा अज सियासी पार्टी दे विच पावर दी पीक ते है या पावर चो बाहर है उहदा फर्क ना पवे, आम बंदे दी जिंदगी जरूरी है। इस केस दे विच जिन्हां ने सियासत करनी है वह कर लैण, पर रियलिटी आ है जिहड़े मरे है भावें इनोसेंट पब्लिक है भावें कोई वर्दी वाले जिन्हां नूं सट्टां वजियां, वह दोवें पब्लिक दे सी, पंजाब दी पब्लिक दा हिस्सा सी, उन्हां नूं इंसाफ दिवाउणा जरूरी है। आही गल हाई कोर्ट ने कही है और मैं इस गल नाल सहमत हाँ कि इहदे विच सियासत नहीं, इहदे विच फेयर इन्वेस्टिगेशन की लोड़ है। पब्लिक डोमेन दे विच इन्वेस्टिगेशन अवेलेबल हो जूगी जदों चलान फाइल हो जूगा, उहदियां कॉपीज कोई भी सर्टिफाइड लैके वो पब्लिक डोमेन च आ जाणगियां, जिवें हुण चलान सर्कुलेट हो रहे हैं तुसीं देखोगे सोशल मीडिया से उवें अवेलेबल होणगे। ठीक है, तो वह चीज़ा जरूरी ने जी। ਵਿਰਕ ਸਾਹਿਬ, ਪਿਛਲੀ ਜਿਹੜੀ ਸਰਕਾਰ ਹੈ ਅਕਾਲੀ ਭਾਜਪਾ ਦੀ, ਸਰ ਇਸ ਵਿੱਚ ਪਾਰਟੀ ਹੈ? ਜੇ ਪਾਰਟੀ ਹੈ ਜੇ ਨਹੀਂ ਹੈ ਤਾਂ ਉਹ ਆਪਦੇ ਆਪ ਨੂੰ ਬਰੀ ਕਿਵੇਂ ਮੰਨਦੇ ਪਏ ਸਰ? ਮੈਨੂੰ ਪਹਿਲਾਂ ਗੱਲ ਦੱਸੋ, ਹਾਂ ਜਿੱਥੇ ਤੱਕ ਪਿਛਲੀ ਸਰਕਾਰ ਦੇ ਵੀ ਜੇ ਆਪਾਂ ਗੱਲ ਕਰੀਏ, ਉਹਨਾਂ ਨੇ DGP ਬਦਲਤਾ ਸੀ, ਤੁਮੇਦ ਸੈਣੀ ਨੂੰ ਇਸ ਕੇਸ ਤੋਂ ਬਾਅਦ ਹੀ ਬਦਲਿਆ, ਇਹ ਤਾਂ ਆਪਾਂ ਵੀ ਜਾਣਦੇ ਹਾਂ ਜੀ। ਪਬਲਿਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਲੋ ਸੁਮੇਧ ਸੈਣੀ ਨੂੰ ਐਸ DGP ਰਿਪਲੇਸ ਕਰਤਾ, ਇਹਦਾ ਮਤਲਬ ਉਹ ਸਰਕਾਰ ਨੇ ਹੀ ਮੰਨ ਲਿਆ ਸੀ ਕਿ ਸੁਮੇਧ ਸੈਣੀ ਦਾ ਐਸ DGP ਰੋਲ ਹੈ, ਨਹੀਂ ਤਾਂ ਉਹਨਾਂ ਨੇ ਆਪਣਾ DGP ਕਿਉਂ ਬਦਲਣਾ, ਕੋਈ ਸਰਕਾਰ ਆਪਣਾ ਹੀ DGP ਕਦੇ ਨਹੀਂ ਬਦਲਦੀ। ਉਹਨਾਂ ਨੇ ਸੁਮੇਧ ਸੈਣੀ ਨੂੰ ਲਾਇਆ, 2.5 ਸਾਲ ਬਾਅਦ ਬਦਲਤਾ, ਉਹ ਵੀ ਜਦੋਂ ਆ ਇੰਸੀਡੈਂਟ ਹੋ ਗਿਆ। ਉਸੇ ਤਰ੍ਹਾਂ ਜੇ ਅਸੀਂ ਚੀਜ਼ ਦੇਖੀਏ, ਪਾਰਟੀ ਅੱਜ ਕਵੇ ਪਾਰਟੀ ਮਤਲਬ ਜਜਮੈਂਟ ਦੇ ਵਿੱਚ ਤੁਸੀਂ ਵੇਖੋਗੇ ਲਿਖਿਆ ਹੋਇਆ ਕਿ ਬਾਦਲ ਜਿਹੜੇ ਫਾਰਮਰ CMC ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਖਿਲਾਫ ਉਹਨਾਂ ਨੂੰ ਕਦੇ ਅਕਿਊਜ਼ ਨਹੀਂ ਬਣਾਇਆ ਗਿਆ, ਤੇ ਫਿਰ ਆ ਕਿਉਂ ਕਿਹਾ ਜਾ ਰਿਹਾ ਹੀ ਇਜ਼ ਐਨ ਅਕਿਊਜ਼ਡ? ਮੈਂ ਅੱਜ ਵੀ ਤਾਂ ਹੀ ਕਹਿ ਰਿਹਾ ਕਿ ਇਨਵੈਸਟੀਗੇਸ਼ਨ ਜਦੋਂ ਤੁਸੀਂ ਕਹੋ ਕਿ 2018 'ਚ ਸ਼ੁਰੂ ਕਰਤੀ ਪ੍ਰੈਜੈਂਟ ਗਵਰਨਮੈਂਟ ਨੇ ਔਰ 21 ਤੱਕ ਕੰਕਲੂਡ ਨਹੀਂ ਹੋਈ, ਸੋ ਇੱਕ ਵਾਰੀ ਟਾਈਮ ਬਾਉਂਡ ਇਨਵੈਸਟੀਗੇਸ਼ਨ ਹੋ ਕੇ ਬਾਹਰ ਆ ਲੈਣ ਦੇ, ਉਹ ਸੱਚਾਈ ਪਬਲਿਕ ਦੇ ਸਾਹਮਣੇ ਹੋਊਗੀ। ਇਹੀ ਗੱਲ ਕੋਰਟ ਨੇ ਵੀ ਆਖੀ ਹੈ ਕਿ ਕਿਸੇ ਵੀ ਪ੍ਰੈਸ ਦੇ ਵਿੱਚ ਪੁੱਛਣਾ ਬੋਲੋ, ਇਨਵੈਸਟੀਗੇਸ਼ਨ ਕੰਕਲੂਡ ਕਰਕੇ ਚਲਾਨ ਫਾਈਲ ਕਰੋ, ਉਸ ਤੋਂ ਬਾਅਦ ਪਬਲਿਕ ਦੇ ਸਾਹਮਣੇ ਚੀਜ਼ ਆਊਗੀ। ਚਲੋ ਤੁਸੀਂ ਸਰ ਸਾਰੇ ਚਲਾਨ ਵੀ ਤੁਸੀਂ ਦੇਖੇ ਹੋਣੇ ਆ, ਤੁਸੀਂ ਸਾਰੀ ਜਜਮੈਂਟ ਵੀ ਪੜ੍ਹੀ ਹੈ ਵਿਰਕ ਸਾਹਿਬ। ਸਰ ਜਿਹੜੀ ਸਿਆਸਤ ਇਹ ਕਹਿੰਦੀ ਹੈ ਕਿ ਬਾਦਲਾਂ ਦਾ ਚਲਾਨ ਦੇ ਵਿੱਚ ਨਾਮ ਆਊਗਾ ਅਕਿਊਜ਼ ਦੇ ਤੌਰ ਤੇ ਆਊਗਾ, ਉਹ ਸਰ ਫਰਜ਼ੀ ਦਾਅਵੇ ਆ? ਫਿਰ ਨਾ ਕਦੇ ਉਹਨਾਂ ਦਾ ਆਇਆ ਹੀ ਨਹੀਂ ਚਲਾਨ ਦੇ ਵਿੱਚ, ਦੇ ਵਰ ਨੈਵਰ ਐਨ ਨਹੀਂ ਆਊਗਾ ਆਊਗਾ ਉਹ ਹਜੇ ਵੀ ਕਹਿ ਰਹੇ ਆਊਗਾ। ਸਰ ਦੇਖੋ ਉਹੀ ਗੱਲ ਆ ਰਹੀ ਹੈ, ਉਹ SIT ਨੇ ਇਨਵੈਸਟੀਗੇਟ ਕਰਨਾ ਹੈ, SIT ਨੂੰ ਤਫਤੀਸ਼ ਸ਼ੁਰੂ ਕਰਨ ਦਿਓ, ਅਜੇ ਤਾਂ ਇਹਨਾਂ ਨੇ SIT ਬਣਾਈ ਵੀ ਨਹੀਂ। ਅਸੀਂ ਉਹ ਡਿਸਾਈਡ ਨਹੀਂ ਕਰਨਾ ਕੀ ਐਵੀਡੈਂਸ ਹੈ, ਕਿਹਦਾ ਕੀ ਰੋਲ ਹੈ, ਉਹ ਤਾਂ ਜਿਹੜੀ SIT ਬਣੂਗੀ ਉਹ ਕੀ ਐਵੀਡੈਂਸ ਲਿਆਉਂਦੀ ਹੈ, ਕੀ ਉਹਨਾਂ ਦਾ ਇਨਵੈਸਟੀਗੇਸ਼ਨ ਦੇ ਵਿੱਚ ਉਹ ਡਿਗ ਆਊਟ ਕਰਕੇ ਕਿੱਥੇ ਬਣਾਉਂਦੇ ਹੈ, ਕਿਹਨੂੰ ਅਕਿਊਜ਼ ਬਣਾਉਂਦੇ ਹੈ, ਕਦੋਂ ਤੱਕ ਬਣਾਉਂਦੇ ਆ, ਉਹਦੇ 'ਤੇ ਡਿਪੈਂਡ। ਚਲੋ ਮੈਂ ਸਰ ਸਿੱਧਾ ਸਵਾਲ ਕਰਦਾ ਵਿਰਕ ਸਾਹਿਬ, ਜੇ ਸੈਣੀ ਇਸ ਇਹਨਾਂ ਮਾਮਲਿਆਂ ਦੇ ਵਿੱਚ ਫਸਦਾ, ਇਹਦਾ ਮਤਲਬ ਸੈਣੀ ਨੂੰ ਹੁਕਮ ਦੇਣ ਵਾਲੇ ਹੀ ਫਸਣਗੇ ਜਾਂ ਸੈਣੀ ਨੇ ਆਪਦੇ ਪੱਧਰ ਦੇ ਆਰਡਰ ਦੇ ਤੇ? ਦੇਖੋ ਜੇ ਤਾਂ ਤੁਸੀਂ ਮੇਰੇ ਨਾਲ ਸਿਰਫ ਲੀਗਲ ਪੈਰਾਮੀਟਰ ਪੁੱਛੋ ਤੇ DGP ਨੂੰ ਇਲੀਗਲ ਆਰਡਰ ਨਹੀਂ ਮੰਨਣਾ ਹੁੰਦਾ ਜੀ। ਜੇ DGP ਨੂੰ ਕਿਸੇ ਨੇ ਕਿਹਾ ਵੀ ਹੋਵੇ ਤੇ DGP ਇਜ਼ ਨਾਟ ਬਾਊਂਡ ਬਾਈ ਦੈਟ ਆਰਡਰ, ਸੋ ਇਸ ਕਰਕੇ ਰਿਸਪੋਂਸੀਬਿਲਿਟੀ ਤਾਂ DGP ਦੀ ਹੁੰਦੀ ਹੈ। ਇੱਕ IG ਕਹਿ ਸਕਦਾ ਕਿ ਜੀ ਮੈਂ DGP ਸਾਹਿਬ ਤੋਂ ਆਰਡਰ ਲਿਆ ਕੇ ਮੈਂ ਕੀ ਕਰਾਂ ਜਾਂ ਕੀ ਨਾ ਕਰਾਂ, ਪਰ ਜਿਹੜਾ DGP ਹੈੱਡ ਆਫ ਫੋਰਸ ਬਣਾਇਆ ਜਾਂਦਾ, ਜਿਹੜਾ ਪ੍ਰਕਾਸ਼ ਸਿੰਘ ਜਜਮੈਂਟ ਦੇ ਵਿੱਚ ਵੀ ਤੁਸੀਂ ਵੇਖੋਗੇ ਫਰੇਜ਼ ਯੂਜ਼ ਹੁੰਦਾ HOPF, ਹੈੱਡ ਆਫ ਪੁਲਿਸ ਫੋਰਸ, ਮੇਨ DGP ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਹੈੱਡ ਆਫ ਪੁਲਿਸ ਫੋਰਸ ਦਾ ਰੋਲ ਹੀ ਇਹ ਹੁੰਦਾ ਹੈ ਕਿ ਉਹਨੇ ਡਿਸਾਈਡ ਕਰਕੇ ਆਰਡਰ ਇਸ਼ੂ ਕਰਨੇ ਹੁੰਦੇ ਆ। ਜਿਹੜੇ CM ਦੇ ਆਰਡਰ ਹੈ ਉਹ ਬਾਈਂਡਿੰਗ ਨਹੀਂ ਹੈ DGP ਤੇ, DGP ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ, DGP ਨੇ ਮੌਕੇ ਤੇ ਡਿਸਾਈਡ ਕਰਨਾ। ਸੋ ਹੁਣ ਜੇ ਪੁਲਿਸ ਨੇ AK-47 ਅਨਆਰਮਡ ਪਬਲਿਕ ਤੇ ਯੂਜ਼ ਕਰਤੀ, AK-47 ਦੀ ਆਥੋਰਾਈਜੇਸ਼ਨ ਕਿਹਨੇ ਦਿੱਤੀ, ਉਹ ਡਿਪੈਂਡ ਕਰੂਗਾ, ਉਹ ਆਰਡਰ IG ਨੇ ਦਿੱਤਾ ਜਾਂ DG ਨੇ ਦਿੱਤਾ ਉਹਦੀ ਰਿਸਪੋਂਸੀਬਿਲਿਟੀ ਬਣੂਗੀ। ਇਹਦਾ ਮਤਲਬ ਵਿਰਕ ਸਾਹਿਬ, ਜੇ ਮੈਂ ਤੁਸੀਂ ਪ੍ਰਕਾਸ਼ ਸਿੰਘ ਜਾਇਮੜ ਦਾ ਜ਼ਿਕਰ ਕਰ ਲਿਆ ਵਿੱਚ, ਇਹਦਾ ਮਤਲਬ ਮੈਂ ਮੰਨ ਕੇ ਚੱਲਾਂ ਕਿ ਪੋਲੀਟੀਕਲ ਰੋਲ ਆ ਜਿਹੜਾ ਉਹ ਸਿਰਫ ਬਾਹਰੋਂ ਬਾਹਰੋਂ ਦਿਖੂਗਾ, ਕਾਨੂੰਨ ਦੀਆਂ ਕਿਤਾਬਾਂ ਵਿੱਚ ਕਚਹਿਰੀਆਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਰੀ ਪਈ ਹੈ?
सारी सारा पुलिस का रोल आऊगा दे विच यही मान के चला। देखो पुलिस का रोल तो आंदा ही आंदा है, जो पुलिस ने किया है वो रोल तो आंदा ही है, उस चीज तो पुलिस वाले नहीं बच सकते। बाकियां दा कीदा की रोल है, किने की डायरेक्शंस दितियां। हुण एक मैनू गल दसो, पुलिस वाले दी की पुलिस वाला है किवें कह सकदा मैनू जे एमएलए ने ऑर्डर देता मैं एमएलए दा ऑर्डर मान लिया। कानून दे विच तां इलीगल ऑर्डर मनन दी प्रोविजन ही है नहीं। जैसी लीगल गल, पुलिस ऑफिसर इज नॉट सपोज टू ओबे एन इलीगल ऑर्डर। हुण ओह इलीगल ऑर्डर क्यों मान रहा है, इहदा जवाब तो पुलिस वाला दसूगा। और किहड़े कानून दे तहत उहने एक इलीगल ऑर्डर एक एमएलए तों या किसी होर पॉलिटिशियन तों लिया है, ਉਹਦਾ ਉਹਦਾ ਜਵਾਬ ਹੋਊਗਾ ਨਾ। ਲੀਗਲੀ ਅਸੀਂ ਉਹਨੂੰ ਕਿਵੇਂ ਸਸਟੇਨ ਕਰੀਏ? ਮੈਂ ਤੁਹਾਡੀ ਚੈਨਲ ਤੇ ਕਹਿ ਰਿਹਾ, ਮੈਨੂੰ ਇੱਕ ਲੀਗਲ ਪ੍ਰੋਵੀਜ਼ਨ ਦੱਸੋ ਜਿੱਥੇ ਇੱਕ ਪੋਲੀਟੀਸ਼ੀਅਨ ਦਾ ਓਪੀਨੀਅਨ ਇੱਕ ਪੁਲਿਸ ਵਾਲਾ ਬਾਉਂਡ ਹੈ ਫੋਲੋ ਕਰਨ ਲਈ ਜਾਂ ਇੰਪਲੀਮੈਂਟ ਕਰਨ ਲਈ। ਵਿਰਕ ਸਾਹਿਬ, ਬਹੁਤ ਇੰਪੋਰਟੈਂਟ ਚੀਜ਼ ਹੈ। ਠੀਕ ਠੀਕ ਵਿਰਕ ਸਾਹਿਬ, ਜਦੋਂ ਕੋਈ ਇਹੋ ਜਿਹਾ ਇਕੱਠ ਹੁੰਦਾ, ਭੀੜ ਹੁੰਦੀ ਹੈ, ਜਿਵੇਂ ਉੱਥੇ ਧਰਨਾ ਲੱਗਿਆ ਹੋਇਆ ਸੀਗਾ ਜਦੋਂ ਇਹ ਸਭ ਕੁਝ ਹੋਇਆ, ਸਰ ਉਦੋਂ ਲਾਅ ਐਂਡ ਆਰਡਰ ਮੇਨਟੇਨ ਕਰਨਾ ਵੱਡੀ ਡਿਊਟੀ ਹੁੰਦੀ ਹੈ ਪੁਲਿਸ ਆਫਿਸਰ ਦੀ, ਜਾਂ ਲੋਕਾਂ ਦੀ ਜ਼ਿੰਦਗੀ ਬਚਾਉਣੀ ਵੱਡੀ ਡਿਊਟੀ ਹੁੰਦੀ ਹੈ? ਸਰ ਕੀ ਹੁੰਦਾ ਸਰ ਬੈਲੈਂਸ ਹੁੰਦਾ ਦੋਵਾਂ ਦਾ? ਸਭ ਤੋਂ ਪਹਿਲਾਂ ਤਾਂ ਜਾਨ ਹੀ ਬਚਾਉਣੀ ਹੈ ਲੋਕਾਂ ਦੀ। ਇਸ ਕੇਸ ਦੇ ਵਿੱਚ ਤਾਂ ਮੁੱਦਾ ਹੀ ਆਇਆ ਕਿ ਪਬਲਿਕ ਅਨਆਰਮਡ ਸੀ ਕਿ ਨਹੀਂ। ਇਸ ਕੇਸ ਦੇ ਵਿੱਚ ਮੇਨ ਗੱਲ ਇਹ ਹੈ ਕਿ ਲੋਕੀ ਪਾਠ ਕਰ ਰਹੇ ਸੀ ਬੈਠੇ, ਪਾਠ ਕਰਦੀ ਹੋਈ ਪਬਲਿਕ ਤੇ ਪੁਲਿਸ ਨੇ ਅਟੈਕ ਕੀਤਾ, ਔਰ ਜੋ ਪਬਲਿਕ ਨੇ ਫਿਰ ਜੇ ਰਿਐਕਟ ਕੀਤਾ ਉਹ ਸੈਲਫ ਡਿਫੈਂਸ ਦੇ ਵਿੱਚ ਕੀਤਾ। ਇਸ ਕੇਸ ਦੀ ਸੱਚਾਈ ਆ ਬਾਹਰ ਆਈ ਹੈ, ਔਰ ਇਸ ਗੱਲ ਨੂੰ ਕਿਸੇ ਨੇ ਨਕਾਰਿਆ ਨਹੀਂ ਹੈ। ਉਹ ਤਾਂ ਪੁਲਿਸ ਵਾਲਿਆਂ ਨੇ ਉੱਥੇ ਐਵੀਡੈਂਸ ਫੈਬਰੀਕੇਟ ਕੀਤੀ ਕਿ ਜੀ ਨਹੀਂ ਪਬਲਿਕ ਆਰਮਡ ਸੀ। ਸੱਚਾਈ ਕੀ ਸੀ ਕਿ ਉਹ ਲੋਕੀ ਤਾਂ ਪਾਠ ਕਰ ਰਹੇ ਸੀ, ਪਾਠ ਕਰਦੇ ਲੋਕਾਂ ਤੇ ਪੁਲਿਸ ਨੇ ਐਜ਼ ਐਗਰੈਸਰ ਅਟੈਕ ਕੀਤਾ। ਸਰ ਮਨੁੱਖੀ ਅਧਿਕਾਰਾਂ ਦਾ ਘਾਣ ਕਿਉਂ ਕਰਦੀ ਹੈ ਪੰਜਾਬ ਪੁਲਿਸ? ਬਹੁਤ ਇਲਜ਼ਾਮ ਹੈ ਪੰਜਾਬ ਪੁਲਿਸ ਤੇ। ਵੇਖੋ ਜੀ, ਮੈਂ ਪੰਜਾਬ ਪੁਲਿਸ ਦੇ ਉਲਟ ਖੜਾ ਹੀ ਤਾਂ ਕਿਉਂਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰ ਰਹੇ ਆ। ਮਨੁੱਖੀ ਅਧਿਕਾਰਾਂ ਦੀ ਇਹਨਾਂ ਨੇ ਪਰਵਾਹ ਕਦੇ ਕੀਤੀ ਨਹੀਂ, ਤਾਂ ਹੀ ਤਾਂ ਇਹਨਾਂ ਦੇ ਖਿਲਾਫ਼ ਲੜ ਰਹੇ ਹਾਂ। ਇਹ ਤਾਂ ਕਿੰਨੇ ਆਫਿਸਰਸ ਨੇ ਜਿਹੜੇ ਇਹੋ ਜਿਹੀਆਂ ਚੀਜ਼ਾਂ ਕਰ ਗਏ, ਤਾਂ ਹੀ ਤਾਂ ਇਹਨਾਂ ਦੇ ਖਿਲਾਫ਼ ਲੜਨਾ ਪੈ ਰਿਹਾ, ਤਾਂ ਹੀ ਪਬਲਿਕ ਦਾ ਪੁਲਿਸ ਦੇ ਵਿੱਚ ਵਿਸ਼ਵਾਸ ਨਹੀਂ ਹੈ, ਤਾਂ ਹੀ ਤਾਂ ਮੈਂ ਇਹਨਾਂ ਨੂੰ ਯੂਨੀਫਾਰਮਡ ਕ੍ਰਿਮੀਨਲਸ ਕਹਿੰਦਾ, ਤਾਂ ਹੀ ਇਹਨਾਂ ਨੂੰ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦੀ ਐਗਜ਼ਾਮਪਲ ਸੈੱਟ ਹੋਵੇ, ਔਰ ਇਹਨਾਂ ਦੇ ਜਿਹੜੇ ਨਵੇਂ ਆਫਿਸਰਸ ਆ ਰਹੇ ਹੈ ਉਹ ਇਹ ਸਮਝਣ ਕਿ ਸਾਡਾ ਪਬਲਿਕ ਦੀ ਜਾਨ ਬਚਾਉਣਾ ਸਾਡਾ ਫਰਜ਼ ਹੈ, ਨਾ ਕਿ ਜਾਨ ਲੈਣਾ, ਨਾ ਕਿ ਉਹਨਾਂ ਤੇ ਝੂਠੇ ਪਰਚੇ ਦੇਣਾ। ਸਰ ਬਾਈਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਤੇ ਇਸ ਫੈਸਲੇ ਦਾ ਅਸਰ ਪਊਗਾ, ਕਿਉਂਕਿ ਉਹਨੂੰ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਲੀਡ ਕਰ ਰਹੇ ਸੀ ਉਸ ਸੋਸਾਇਟੀ ਨੂੰ, ਉਹਦੇ ਵਿੱਚ ਮੈਂਬਰ ਸੀ ਉਹ? ਸਰ ਕਿਹੜੇ ਬਾਈਬਲ ਕਲਾਂ ਗੋਲੀ ਕਾਂਡ? ਸਰ ਬਾਈਬਲ ਕਲਾਂ ਗੋਲੀ ਕਾਂਡ ਮਾਮਲਾ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਪੈਰਾਮੀਟਰ ਸੇਮ ਨੇ ਨਾ ਜੀ, ਉਹ ਉਹਦੇ ਤੇ ਵੀ ਪਊਗਾ, ਕਿਉਂਕਿ ਕੋਰਟ ਕਪੂਰਾ ਕੇਸ ਦੀ ਜੋ ਜਜਮੈਂਟ ਹੈ ਇਨਵੈਸਟੀਗੇਸ਼ਨ ਜਦੋਂ ਸੇਮ ਆਫੀਸਰ ਨੇ ਕੀਤੀ ਹੈ, ਔਰ ਉਹ ਅਨਲੈਸ ਐਂਡ ਅੰਟਿਲ ਉਹ ਚੈਲੰਜ ਹੋਵੇ ਹਾਈ ਕੋਰਟ ਦਾ ਕੋਆਰਡੀਨੇਟ ਬੈਂਚ ਦਾ ਆਰਡਰ ਬਾਈਂਡਿੰਗ ਹੋਊਗਾ, ਸੇਮ ਇਸ਼ੂ ਹੈ ਇਸ ਕਰਕੇ। ਯਾਨੀ ਕਿ ਬਾਈਬਲ ਕਲਾਂ ਗੋਲੀ ਕਾਂਡ ਤੇ ਕੋਟਪੁਰਾ ਗੋਲੀ ਕਾਂਡ ਦੋਨਾਂ ਦੀ ਜਾਂਚ ਰੱਦ ਹੋ ਗਈ, ਇਹਦਾ ਮਤਲਬ ਮੰਨ ਕੇ ਚੱਲ ਲਈਏ ਆਪਾਂ ਪਹਿਲਾਂ ਹੀ, ਹੁਣ ਹੋ ਸਕਦੀ ਹੈ ਅਨਲੈਸ ਐਂਡ ਅੰਟਿਲ ਆਨਰੇਬਲ ਕੋਰਟ ਉਸ ਗੱਲ ਤੇ ਡਿਫਰ ਕਰੇ ਤੇ ਇਹ ਦੋ ਜੱਜਸ ਬੈਂਚ ਨੂੰ ਫਿਰ ਰੈਫਰ ਹੋਊਗਾ, ਅਦਰਵਾਈਜ਼ ਜੱਜ ਸਾਹਿਬ ਨੇ ਸੇਮ ਆਰਡਰ ਕਰਨਾ, ਕਿਉਂਕਿ ਸਟੇਟ ਨੇ ਉਸ ਚੀਜ਼ ਨੂੰ ਚੈਲੰਜ ਨਹੀਂ ਕੀਤਾ ਤੇ ਸੇਮ ਆਰਡਰ ਅਪਲਾਈ ਕਰਨਾ ਚਾਹੀਦਾ। ਜੇ ਜੱਜ ਸਾਹਿਬ ਉਸ ਚੀਜ਼ ਤੋਂ ਲੀਗਲੀ ਡਿਫਰ ਕਰਦੇ ਤਾਂ ਉਹਨਾਂ ਨੂੰ ਲਾਰਜਰ ਬੈਂਚ ਨੂੰ ਰੈਫਰ ਕਰਨਾ ਪੈਣਾ। ਸਰ ਇੱਕ ਇਲਜ਼ਾਮ ਪੰਥਕ ਧਿਰਾਂ ਦਾ ਹੈਗਾ, ਉਹ ਪੋਲੀਟੀਕਲ ਮੋਟੀਵੇਟਡ ਇਸ ਪੂਰੇ ਫੈਸਲੇ ਨੂੰ ਦੱਸਦੇ ਪਏ ਆ, ਨਾਲ ਉਹ ਕਹਿੰਦੇ ਪਏ ਆ ਕਿ ਜੱਜ ਤੇ ਵਕੀਲ ਆ ਜਿਹੜੇ ਉਹ ਚੁਟਾਲਿਆਂ ਦੀ ਸਰਕਾਰ ਦੇ ਵੇਲੇ ਉਹਨਾਂ ਕੋਲ ਅਹੁਦੇ ਸੀਗੇ ਤੇ ਹੁਣ ਇਸ ਜੱਜਮੈਂਟ 'ਤੇ ਉਹਨਾਂ ਦਾ ਪੂਰਾ ਇੰਪੈਕਟ ਹੈ, ਇਸ ਨਾਲ ਇਤਫਾਕ ਰੱਖਦੇ ਹੋ ਤੁਸੀਂ? ਸਰ ਦੇਖੋ, ਜੱਜਸ ਨੂੰ ਜੇ ਅਸੀਂ ਆਹ ਕਹੀਏ, ਹਰ ਵਕੀਲ ਕਦੇ ਨਾ ਕਦੇ ਸਰਕਾਰੀ ਵਕੀਲ ਰਿਹਾ ਹੁੰਦਾ, ਹਰ ਵਕੀਲ ਨੇ ਕਿਸੇ ਨਾ ਕਿਸੇ ਪੈਨਲ ਦਾ ਕੰਮ ਕੀਤਾ ਹੁੰਦਾ। ਹੁਣ ਮੈਨੂੰ ਇੱਕ ਛੋਟੀ ਜਿਹੀ ਗੱਲ ਦੱਸੋ, ਡਿਪਟੀ ਐਡਵੋਕੇਟ ਜਨਰਲ ਤਾਂ ਮੈਂ ਵੀ ਰਿਹਾ 5 ਸਾਲ, 5.5 ਸਾਲ ਹਰਿਆਣਾ ਦੇ ਵਿੱਚ। ਹੁਣ ਕੀ ਗੱਲ ਨੂੰ ਆਹ ਐਟਰੀਬਿਊਟ ਹੋ ਜੂਗਾ ਜੀ ਮੇਰੀ ਪੋਲੀਟੀਕਲ ਐਫੀਲੀਏਸ਼ਨ ਹੈ? ਮੈਂ ਤਾਂ ਆਪਣਾ ਕੰਮ ਕੀਤਾ, ਮੈਂ ਤਾਂ ਕਿਸੇ ਪੋਲੀਟੀਸ਼ੀਅਨ ਕੋਲ ਨਹੀਂ ਜਾ ਰਿਹਾ। ਇਸ ਕਰਕੇ ਜੇ ਅਸੀਂ ਕਿਸੇ ਵੀ ਚੀਜ਼ ਨੂੰ ਐਟਰੀਬਿਊਟ ਕਰੀਏ, ਮੈਨੂੰ ਜੱਜਮੈਂਟ ਦੇ ਵਿੱਚ ਤੁਸੀਂ ਖੋਟ ਦੱਸੋ। ਮੈਂ ਤਾਂ ਇਹ ਕਹਿ ਰਿਹਾ ਕਿ ਇੱਕ ਪੋਜ਼ਿਟਿਵ ਚੀਜ਼ ਮਿਲੀ ਹੈ ਕਿ ਸਾਨੂੰ ਅੱਜ ਟਾਈਮ ਬਾਉਂਡ ਇਨਵੈਸਟੀਗੇਸ਼ਨ ਮਿਲ ਰਹੀ ਹੈ। ਉਹਨਾਂ ਨੇ ਇਹ ਨਹੀਂ ਕਿਹਾ ਕਿ ਪੰਜਾਬ ਸਰਕਾਰ ਤਫਤੀਸ਼ ਨਾ ਕਰੇ, ਉਹਨਾਂ ਨੇ ਇਹ ਨਹੀਂ ਕਿਹਾ ਕਿ ਪੁਲਿਸ ਜਾਂਚ ਵਿੱਚ, ਪੁਲਿਸ ਜਾਂਚ ਵਿੱਚ ਹਾਈ ਕੋਰਟ ਨੂੰ ਦਖਲ ਦੇਣਾ ਚਾਹੀਦਾ ਸੀਗਾ? ਪੁਲਿਸ ਜਾਂਚ ਵਿੱਚ ਮੈਂ ਸੁਪਰੀਮ ਕੋਰਟ ਦੇ ਜਜਮੈਂਟ ਦਾ ਹਵਾਲਾ ਦੇ ਰਿਹਾ ਸਰ, ਜਿਹੜਾ ਜਸਟਿਸ ਰਣਜੀਤ ਸਿੰਘ ਵੀ ਜ਼ਿਕਰ ਕਰ ਰਹੇ ਹੁੰਦਾ। ਐਗਰੀਡ, ਮੈਨੂੰ ਇਹ ਗੱਲ ਦੱਸੋ, ਜਦੋਂ ਇੱਕ ਇਨਵੈਸਟੀਗੇਟਿੰਗ ਆਫੀਸਰ ਦੀ ਇਸ਼ੂ ਦੇ ਉੱਤੇ ਜਜਮੈਂਟ ਕੋਰਟ ਹੋ ਰਹੀ ਹੈ, ਕੋਰਟ ਦੇ ਵਿੱਚ ਪਬਲਿਕ ਚਲੀ ਗਈ, ਫਿਰ ਇਸ ਮੈਟਰ ਨੂੰ ਸਾਲ ਲਟਕਾਇਆ ਕਿਉਂ ਗਿਆ? ਇਹ ਪਟੀਸ਼ਨ ਕਿਹੜੇ ਸਾਲ ਦੀ ਹੈ, ਜ਼ਰਾ ਚੈੱਕ ਕਰੋ, ਇੱਕ ਮਿੰਟ ਜਜਮੈਂਟ ਖੋਲੋ, ਕਿਹੜੇ ਸਾਲ ਦੀ ਪਟੀਸ਼ਨ ਹੈ ਜੀ? ਤੁਹਾਡੇ ਕੋਲ ਜਜਮੈਂਟ ਹੈਗੀ ਹੈ, ਹੁਣ ਇੱਕ ਸੈਕਿੰਡ ਉਹਦੇ ਉੱਤੇ ਈਅਰ ਲਿਖਿਆ ਹੋਇਆ ਹੈ, ਦੇਖਿਓ ਜ਼ਰਾ ਪਲੀਜ਼, ਚੈੱਕ ਕਰਨਾ, ਇੱਕ ਸੈਕਿੰਡ ਲਓ, ਮੈਂ ਵੀ ਇਧਰੋਂ ਚੈੱਕ ਕਰ ਦੇਣਾ ਤੁਹਾਨੂੰ, ਇੱਕ ਸੈਕਿੰਡ ਦੀ ਗੱਲ ਹੈ ਜੀ। ਜੀ, ਜਦੋਂ ਵੀ ਕੋਈ ਜਜਮੈਂਟ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਇੱਕ ਮੇਨ ਚੀਜ਼ ਕੀ ਹੁੰਦੀ ਹੈ ਕਿ ਉਹ ਪਟੀਸ਼ਨ ਇੰਨੇ ਸਾਲ ਤੋਂ ਫਿਰ ਪੈਂਡਿੰਗ ਕਿਉਂ ਰੱਖੀ ਗਈ?
ਜੇ ਉਹ ਮੁੱਦਾ ਕੋਰਟ ਇੰਟਰਫੇਅਰ ਹੀ ਨਹੀਂ ਕਰ ਸਕਦੀ ਸੀ ਤੇ ਫਿਰ ਉਹਨੂੰ ਪੈਂਡਿੰਗ ਕਿਉਂ ਰੱਖਿਆ? ਪੈਂਡਿੰਗ ਵੀ ਤਾਂ ਸਰਕਾਰ ਰੱਖ ਰਹੀ ਹੈ, ਸਰਕਾਰ ਉਹਨੂੰ ਪਹਿਲੇ ਦਿਨ ਡਿਸਾਈਡ ਕਰਕੇ ਡਿਸਮਿਸ ਕਰਵਾਉਂਦੀ ਕਿ ਜੀ ਤੁਸੀਂ ਤਾਂ ਇੰਟਰਫੇਅਰ ਹੀ ਨਹੀਂ ਕਰ ਸਕਦੇ, ਤੁਸੀਂ ਇੰਨੀ ਦੇਰ ਪੈਂਡਿੰਗ ਰਖਵਾ ਕੇ ਇਹੋ ਜਿਹਾ ਆਰਡਰ ਲੈ ਲਓ, ਫਿਰ ਕਹੋ ਜੀ ਨਹੀਂ ਕੋਰਟ ਤਾਂ ਕਰ ਨਹੀਂ ਸਕਦੀ ਸੀ, ਉਹ ਕਿੱਥੇ ਤੱਕ ਜਸਟੀਫਾਈਡ ਹੋਊਗਾ ਸਰ? ਚਲੋ ਮੈਂ ਸਾਰੇ ਸਵਾਲਾਂ ਦਾ ਜਵਾਬ ਲੈ ਲਿਆ, ਇੱਕ ਆਖਰੀ ਸਵਾਲ ਲੈ ਰਿਹਾ ਸਰ, ਉਦੋਂ ਬਾਅਦ ਮੈਂ ਇੰਟਰਵਿਊ ਸਮਾਪਤ ਕਰਨੀ ਹੈ। ਸਮੇਤ ਸਿੰਘ ਸੈਣੀ ਤੇ ਕਦੇ ਸ਼ਿਕੰਜਾ ਕੱਸਿਆ ਜਾਊਗਾ ਜਾਂ ਤੁਸੀਂ ਵੀ ਆ ਕੇ ਕਹਿੰਦੇ ਰਹੋਗੇ ਮੈਂ ਕਦੇ ਹਾਰੂੰਗਾ ਨਹੀਂ, ਤੇ ਸਮੇਤ ਸਿੰਘ ਸੈਣੀ ਕਹਿੰਦਾ ਮੈਂ ਕਦੇ ਫੜਿਆ ਨਹੀਂ ਜਾਊਂਗਾ? ਸਰ ਸੁਮੇਧ ਸਿੰਘ ਸੈਣੀ ਤੇ 100% ਦੀ ਸ਼ਿਕੰਜਾ ਕੱਸਿਆ ਵੀ ਜਾਊਗਾ, ਇਹਨੂੰ ਇਹਦੇ ਪਾਪਾਂ ਦੀ ਸਜ਼ਾ ਵੀ ਦਵਾ ਕੇ ਰਹੂੰਗਾ, ਔਰ ਇਹ ਵਾਅਦਾ ਹੈ। ਔਰ ਯਾਦ ਰੱਖਿਓ ਮੇਰਾ ਵਿਸ਼ਵਾਸ ਰੱਬ ਦੇ ਵਿੱਚ ਹੈਗਾ ਹੀ, ਤਾਂ ਕਿਉਂਕਿ ਮੈਨੂੰ ਪਤਾ ਅਸੀਂ ਜੋ ਮਰਜ਼ੀ ਕਹਿ ਲਈਏ ਰੱਬ ਬੰਦੇ ਨੂੰ ਉਹਦੇ ਪਾਪਾਂ ਦੀ ਸਜ਼ਾ ਦਵਾ ਕੇ ਹਟਦੇ ਹੈ, ਤੇ ਇਸ ਕਰਕੇ ਇਹਦੇ ਪਾਪਾਂ ਦਾ ਘੜਾ ਭਰ ਗਿਆ। ਔਰ ਇੱਕ ਅਖੀਰਲੀ ਗੱਲ ਮੈਂ ਇੱਥੇ ਤੁਹਾਨੂੰ ਕਹਿ ਦਿਆਂ, ਆਹ ਲਓ ਗੁਰਦੀਪ ਦੀ ਜੱਜਮੈਂਟ 2019 ਦੀ ਹੈ, ਦਿਸ ਇਜ਼ CWP ਨੰਬਰ 17459 ਆਫ 2019। ਹੁਣ ਜਦੋਂ ਆ ਪਟੀਸ਼ਨ 2019 ਚ ਪਈ ਸੀ ਤੇ ਇਨਵੈਸਟੀਗੇਸ਼ਨ ਕਦੇ ਸੈਟਿਸਫਾਈਡ ਹੋ ਨਹੀਂ ਸਕਦੀ ਸੀ, ਇਸੇ ਮੁੱਦੇ ਤੇ ਇਹ ਉਹਨਾਂ ਦੀ ਪ੍ਰੇਅਰ ਸੀ ਕਿ IO ਬਦਲੋ ਐਂਡ ਇਨਵੈਸਟੀਗੇਸ਼ਨ ਸੈਟਿਸਫਾਈਡ ਕਰੋ। ਸਰ ਇਹ ਕਾਮਨ ਸੈਂਸ ਦੀ ਗੱਲ ਹੈ, ਕੋਰਟਾਂ ਨਹੀਂ ਕਹਿ ਸਕਦੀ ਕਿ ਜੀ IO ਤਾਂ ਬਾਇਸਡ ਸੀ ਪਰ ਇਨਵੈਸਟੀਗੇਸ਼ਨ ਫੇਅਰ ਸੀ। ਜੇ IO ਬਦਲਿਆ ਜਾਊਗਾ ਇਨਵੈਸਟੀਗੇਸ਼ਨ ਚੇਂਜ ਹੋਊਗੀ, ਔਰ ਮੰਨ ਲਓ ਕਿ ਕਿਸੇ ਦਾ ਵੀ ਆਹ ਓਪੀਨੀਅਨ ਹੈਗਾ ਹੈ ਤੇ ਫਿਰ 2019 ਚ ਸੈਟਿਸਫਾਈਡ ਕਰਾ ਲੈਂਦੇ, 2021 ਚ ਕਿਉਂ ਕਰਾਇਆ? ਠੀਕ, ਇਹ ਤਾਂ ਗਵਰਨਮੈਂਟ ਨੂੰ ਪਲੀ ਉਦੋਂ ਲੈ ਲੈਣੀ ਚਾਹੀਦੀ ਸੀ ਤਾਂ ਕਿ ਅੱਜ ਤੱਕ ਤਫਤੀਸ਼ ਪੂਰੀ ਹੋ ਜਾਂਦੀ। ਚਲੋ ਬਹੁਤ ਧੰਨਵਾਦ ਪ੍ਰਦੀਪ ਵਿਰਕ, ਤੁਸੀਂ ਬੜੇ ਬੇਵਾਕੀ ਨਾਲ ਜਵਾਬ ਦਿੱਤੇ ਆ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਇਹ ਸਨ ਵਕੀਲ ਪ੍ਰਦੀਪ ਵਿਰਕ, ਜਿਨ੍ਹਾਂ ਤੋਂ ਅਸੀਂ ਹਰ ਨੁਕਤੇ 'ਤੇ ਸਵਾਲ ਲੈਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਜਵਾਬ ਕਿਹੜੇ ਦਿੱਤੇ ਆ ਤੁਸੀਂ ਆਪ ਸਮਝ ਸਕਦੇ ਹੋ, ਪਰ ਜਿਹੜਾ ਫੋਕਸ ਮੈਨੂੰ ਸਮਝ ਆਇਆ ਉਹਨਾਂ ਦੇ ਪੂਰੇ ਜਵਾਬਾਂ ਦੇ ਵਿਚਾਲੇ, ਉਹ ਇਹ ਸਮਝ ਆਇਆ ਕਿ ਪੁਲਿਸ ਅਤੇ ਪੋਲੀਟੀਕਲ ਨੈਕਸਸ ਹੈ ਉਹ ਸਾਰਿਆਂ ਦੇ ਸਾਹਮਣੇ ਆ, ਪਰ ਕਾਨੂੰਨ ਦੀ ਕਚਹਿਰੀ ਦੇ ਵਿੱਚ ਉੱਥੇ ਸਬੂਤ ਮੰਗੇ ਜਾਂਦੇ ਆ, ਅਤੇ ਉਹਨਾਂ ਸਬੂਤਾਂ ਦੇ ਵਿਚਾਲੇ ਸਿਆਸਤ ਦੇ ਖਿਲਾਫ ਕਿੰਨੇ ਸਬੂਤ ਹੈ ਜਾਂ ਸਿਆਸਤ ਇਹਨਾਂ ਪੁਲਿਸ ਵਾਲਿਆਂ ਨੂੰ ਕਿਵੇਂ ਬਚਾ ਰਹੀ ਹੈ। ਸਾਰੀ ਪੁਲਿਸ ਵੀ ਮਾੜੀ ਨਹੀਂ, ਸਾਰੀ ਸਿਆਸਤ ਵੀ ਮਾੜੀ ਨਹੀਂ, ਪਰ ਜਿਹੜੇ ਮਾੜੇ ਆ, ਜਿਹੜੀਆਂ ਕਾਲੀਆਂ ਭੇਡਾਂ, ਉਹਨਾਂ 'ਤੇ ਸ਼ਿਕੰਜਾ ਕਦੋਂ ਕੱਸਿਆ ਜਾਊਗਾ? ਸਾਡਾ ਸਵਾਲ ਇਹੀ ਸੀ, ਖਾਕੀ 'ਤੇ ਬਹੁਤ ਸਾਰੇ ਸਵਾਲ ਬਾਕੀ ਹੈ, ਹੋਰ ਵੀ ਕਰੂੰਗਾ, ਅੱਜ ਲਈ ਨਹੀਂ। ਧੰਨਵਾਦ।